ਤੇ ਕੋਨ ਸਾਈ ਮੁਸ਼ਕਿਨ ਜੋ ਸਟਾਲਿਨ ਪੁਰਸਕਾਰ ਪ੍ਰਾਪਤ ਰੂਸੀ ਲੇਖਕ ਹੈ ਦਾ ਨੋਵਲ ਹੈ ਚਾਨਣੀਆਂ ਪੈੜਾ ਪੰਜਾਬੀ ਅਨੁਵਾਦ ਇੰਦਰ ਸਿੰਘ ਖਮੋਸ਼ ਅਠਵਾਂ ਅੰਗ ਐਲੀ ਤਤ ਸਲੇਜ ਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨਾਲ ਭਰ ਕੇ ਘਰ ਮੁੜਿਆ ਚੰਗੀ ਵਟਤ ਹੋ ਜਾਣ ਕਾਰਨ ਉਹ ਬਹੁਤ ਖੁਸ਼ ਸੀ ਉਨੇ ਚਾਰਲੀ ਨਾਲ ਵਾਅਦਾ ਕੀਤਾ ਕਿ ਸਮੁੰਦਰ ਤੋਂ ਦੂਰ ਪਹਾੜੀਆਂ 'ਚ ਰਹਿਣ ਵਾਲੇ ਖਾਨਾਪਦੋਸ਼ ਰੈਂਡੀਅਰ ਪਾਲਾਂ ਕੋਲੋਂ ਬਹੁਤ ਸਾਰੀਆਂ ਸਮੂਰਦਾਰ ਖੱਲਾਂ ਲਿਆ ਕੇ ਦੇਵੇਗਾ ਪਰ ਪਹਾੜੀਆਂ ਵਾਲੇ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਉਹਨੇ ਦੂਜੀ ਵੋਟੀ ਕਰ ਲਿਆ ਹੁੰਦਾ ਫੈਸਲਾ ਕਰ ਲਿਆ ਜਿਸ ਕੁੜੀ ਉਤੇ ਅੱਖ ਸੀ ਉਹ ਐਹੀ ਨਾਲ ਬਚਪਨ ਤੋਂ ਹੀ ਮੰਗੀ ਹੋਈ ਸੀ ਐਲੀ ਤਤ ਇਸ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਪਰ ਚਾਰਲੀ ਦੇ ਸਟੋਰ 'ਚ ਵਾਪਰੀ ਘਟਨਾ ਕਾਰਨ ਉਦੇ ਅੰਦਰ ਉਬਲ ਰਹੀ ਵੈਰ ਭਾਵਨਾ ਨੇ ਐਂ ਕੋਲੋਂ ਕੁੜੀ ਖੋਹ ਲੈਣ ਦੇ ਉਹਦੇ ਇਰਾਦੇ ਨੂੰ ਪੱਕਾ ਕਰ ਦਿੱਤਾ ਅਗਲੇ ਦਿਨ ਉਹ ਯਰੰਕ ਨਾਟ ਵਾਸਤੇ ਰਵਾਨਾ ਹੋ ਗਿਆ ਚੁਰਚੀ ਵਿਆਹ ਦੇ ਸ਼ਗਨ ਵਜੋਂ ਇੱਕ ਰੈਂਡੀਅਰ ਬੱਚੇ ਦੀ ਖਾਲੋਂ ਨੇ ਸਲੈਂਡਜ ਵਿੱਚ ਰੱਖ ਦਿੱਤੀ ਉਹ ਜਾਣਦਾ ਸੀ ਕਿ ਕੈਮਨ ਵਾਟ ਇਸ ਸੋਗਾਤ ਨੂੰ ਸਵੀਕਾਰ ਕਰਨ ਵਿੱਚੋਂ ਖੁਸ਼ੀ-ਖੁਸ਼ੀ ਟੈਗਰਾਨਾ ਨੂੰ ਉਹਦੇ ਨਾਲ ਤੋੜ ਦੇਗਾ ਜੇ ਉਹ ਨਹੀਂ ਤੋੜੇਗਾ ਤਾਂ ਉਹਨੂੰ ਜ਼ਬਰਦਸਤੀ ਚੁੱਕ ਲਿਆਏਗਾ ਸ਼ਾਂਤ ਸੁਹਾਵਣੀ ਰੁੱਤ ਦਾ ਚੰਦ ਆਪਣੇ ਪੂਰੇ ਜੋਬਨ 'ਚ ਚਮਕ ਰਿਹਾ ਸੀ। ਐਲੀ ਤੱਤ ਬੜੀ ਤੇਜ਼ੀ ਨਾਲ ਜਾ ਰਿਹਾ ਸੀ। ਅੱਧ 'ਚ ਜਾ ਕੇ ਕੁੱਤਾ ਟੀਮ ਇੱਕਦਮ irdgoni ਪਠਾਰ ਉੱਪਰ ਚੜ ਗਈ। ਐਲੀ ਤੱਤ ਨੇ ਸਲੇਜ ਰੋਕੇ ਸਮੁੰਦਰ ਵਿੱਚਲੀ ਬਰਫ਼ ਨੂੰ ਜਾਂਚਿਆ। ਉਸ ਤੋਂ ਅੱਗੇ ਸਮੁੰਦਰੀ ਪਾਣੀ ਦੀਆਂ ਕਾਲੀਆਂ ਧਾਰੀਆਂ ਨਜ਼ਰ ਆ ਰਹੀਆਂ ਸਨ। ਸਮੁੰਦਰ ਕਾਲੇ ਪਰਦੇ ਵਾਂਗ ਵਿਛਿਆ ਹੋਇਆ ਜਾਪਦਾ ਸੀ। ਦੂਜੇ ਪਾਸੇ ਉੱਚੇ-ਉੱਚੇ ਪਹਾੜ ਤਾਰਿਆਂ ਭਰੇ ਆਕਾਸ਼ ਨਾਲ ਗੱਲਾਂ ਕਰ ਰਹੇ ਸਨ। ਕਦੇ-ਕਦੇ ਕੋਈ ਤਾਰਾ ਟੁੱਟ ਕੇ ਧਰਤੀ ਵੱਲ ਆ ਰਿਹਾ ਦਿਖਾਈ ਦਿੰਦਾ। ਐਲੀ ਤੱਤ ਨੇ ਛਾਂਟੇ ਨੂੰ ਡੂੰਗੀ ਬਰਫ਼ 'ਚ ਗੱਡ ਕੇ ਪਾਈਪ 'ਚ ਤਮਾਕੂ ਭਰਿਆ। ਸਲੈਂਡਜ ਵਿੱਚ ਥੋੜਾ ਜਿਹਾ ਤਰ ਤਮਾਕੂ ਪੀਣ ਵਿੱਚ ਉੱਠ ਕੇ ਮੋਰੀ ਕੁੱਤੇ ਕੋਲ ਗਿਆ। ਚਾਰਲੀ ਪੂਛ ਲਾਉਂਦਾ ਹੋਇਆ ਪਿਛਲੀਆਂ ਟੰਗਾਂ ਉੱਪਰ ਖੜ੍ਹਾ ਹੋ ਕੇ ਮਾਲਕ ਦਾ ਲਾਡ ਮੰਗਣ ਲੱਗਾ। ਐਲੀ ਤੱਤ ਜਦ ਉਹਦੇ ਕੋਲ ਆਇਆ ਤਾਂ ਉਹਨੇ ਛਾਲ ਮਾਰ ਕੇ ਆਪਣੇ ਅਗਲੇ ਪੈਰ ਐਲੀ ਤੱਤ ਦੀ ਛਾਤੀ ਉੱਪਰ ਰੱਖ ਦਿੱਤੇ। ਫਿਰ ਬੜੇ ਲਾਡ ਨਾਲ ਉਹਦਾ ਮੂੰਹ ਝੱਟਦਾ ਹੋਇਆ ਆਪਣੀ ਬੂਥੀ ਐਲੀ ਤਤ ਦੀ ਨਿੱਗੀ ਸਮੂਰਦਾਰ ਜੈਕਟ ਚ ਲੁਕਾਉਣ ਲੱਗਾ ਐਲੀ ਤਤ ਬੜੇ ਪਿਆਰ ਨਾਲ ਉਹਦੀ ਬੂਥੀ ਹੱਥਾਂ ਚ ਫੜ ਕੇ ਆਪਣੇ ਨੱਕ ਨਾਲ ਘੁਮਾਉਂਦਾ ਬੋਲਿਆ ਤੇਜ਼ ਤੇਜ਼ ਦੌੜ ਚਾਰਲੀ ਯਾਰਾਂ ਕਨਾਟੇ ਚ ਟਾਈਗਰਾਨਾ ਬੁੱਢੇ ਮੰਗਤੇ ਕੈਮਨਵਾਰ ਦੀ ਸੋਹਣੀ ਮੁਟਿਆਰ ਧੀ ਟਾਈਗਰਾਨਾ ਆਪਾਂ ਨੂੰ ਉੱਡੀਕ ਰਹੀ ਐ ਤੇ ਜਦੋਂ ਟਾਈਗਰਾਨਾ ਆਪਣੇ ਘਰ ਆ ਗਈ ਤੇ ਮੈਂ ਉਹਨੂੰ ਹੁਕਮ ਦੇਵਾਂਗਾ ਕਿ ਉਹ ਤੈਨੂੰ ਵਾਲਰਸ ਦਾ ਸਭ ਤੋਂ ਵਧੀਆ ਮਾਸ ਖਵਾਇਆ ਕਰੇ ਐਲੀ ਤਤ ਨੇ ਚਾਰਲੀ ਦਾ ਸਿਰ ਫਲੋਸਿਆ ਤੇ ਅਗਲੇ ਕੁੱਤੇ ਕੁੰਚਾ ਲਗਾ ਕਿਉਂ ਹੈ ਬਗਿਆੜਾ ਕਦਲੀ ਆਪਦਾ ਪੈਰ ਅੱਗੇ-ਅੱਗੇ ਕਰ ਰਿਹਾ ਸੱਟ ਮਾਰ ਲਈ ਪੈਰ ਤੇ ਲਿਆ ਵਖਾਤਾ ਸੀ ਮੋਟੀਆਂ ਚਮਕਦਾਰ ਅੱਖਾਂ ਵਾਲੇ ਭੂਸਲੇ ਕੁੱਤੇ ਨੇ ਉਸ ਵੱਲ ਮੁੜ ਕੇ ਆਪਣਾ ਪੰਜਾ ਉੱਚਾ ਕੀਤਾ ਅੱਡੀ 'ਚੋਂ ਲਹੂ ਵਗ ਰਿਹਾ ਸੀ ਐਲੀ ਤਦ ਸਮੂਰਦਾਰ ਜ਼ੁਰਾਬ ਦਾ ਇੱਕ ਟੁਕੜਾ ਉਹਦੇ ਪੈਰ ਉੱਪਰ ਬੰਨ ਕੇ ਅਗਲੇ ਕੁੱਤੇ ਕੈਪਰ ਕੋਲ ਚਲਾ ਗਿਆ ਇਹ ਬੁੱਢਾ ਭਾਰੀ ਕੁੱਤਾ ਜੋਤ ਦੇ ਸਿਰੇ ਤੇ ਸਲੇਜ ਦੇ ਕੋਲ ਬੈਠਾ ਸੀ ਇਹਨੇ ਮਾਲਕ ਦੇ ਨੇੜੇ ਆਉਣ ਤੇ ਕੋਈ ਬਹੁਤੀ ਖੁਸ਼ੀ ਪ੍ਰਗਟਨਾ ਕੀਤੀ ਕੇਵਲ ਪੋਲੀ ਦੀ ਪੂਛ ਲਾਉਣ ਲੱਗ ਪਿਆ ਅਲੀ ਤਤ ਨੂੰ ਵੀ ਇਸ ਕੁੱਤੇ ਨਾਲ ਕੋਈ ਪਿਆਰ ਨਹੀਂ ਸੀ ਉਹ ਬੜੀ ਦੇਰ ਤੋਂ ਉਸ ਤੋਂ छुटਕਾਰਾ ਪਾਉਣ ਬਾਰੇ ਸੋਚ ਰਿਹਾ ਸੀ ਕਿਪਰ ਸਾਰੀ ਟੀਮ ਵਾਸਤੇ ਇੱਕ ਰੁਕਾਵਟ ਸੀ ਜੋਤ ਵਿੱਚ ਉਹ ਤੋਂ ਚੰਗੀ ਤਰ੍ਹਾਂ ਭੱਜਿਆ ਨਹੀਂ ਸੀ ਜਾਂਦਾ ਅੱਜ ਵੀ ਉਹਨੇ ਅਲੀ ਤਤ ਨੂੰ ਬਹੁਤ ਪਰੇਸ਼ਾਨ ਕੀਤਾ ਸੀ ਇਸ ਲਈ ਅਲੀ ਤਤ ਨੇ ਸੋਚਿਆ ਇਸ ਕੁੱਤੇ ਦਾ ਇਲਾਜ ਕਰਨਾ ਹੀ ਪਵੇਗਾ ਉਹਨੇ ਆਨਸਾਰ ਕੁੱਤੇ ਦੇ ਮੂੰਹ ਤੇ ਜ਼ੋਰਦਾਰ ਠੁੱਡਾ ਮਾਰਿਆ ਕੈਪਰ ਇੱਕਦਮ ਖੜਾ ਹੋ ਗਿਆ ਤੇ ਪੂਛ ਲੱਤਾਂ 'ਚ ਦਬ ਕੇ ਢਾਟੇ ਢਾਟੇ ਅਲੀ ਤਤ ਵੱਲ ਦੇਖਣ ਲੱਗ ਪਿਆ ਅਲੀ ਤਤ ਨੇ ਜਿਉਂ ਹੀ ਉਹਦੀ ਬੁੱਥੀ ਫੜ ਕੇ ਕੁੱਟਿਓ ਉਹਨੇ ਡਰ ਕੇ ਪਿਛਾਂ ਵੱਲ ਝਟਕਾ ਮਾਰਿਆ ਪਰ ਐਲੀ ਤਤ ਨੇ ਉਹਦੀ ਬੁੱਤੀ ਨਾ ਛੱਡੀ ਕਿਉਂ ਡਰ ਗਿਆ ਇੰਨੀ ਛੇਤੀ ਕੈਮਨ ਵਾਟ ਦੇ ਮੱਥੇ ਮਾਰਾਂਗਾ ਤੈਨੂੰ ਉਥੇ ਹੋ ਜੀ ਸੁਖਾਲਾ ਬੁੱਢੇ ਕੋਲ ਫਿਰ ਉਹਨੇ ਇੱਕ ਹੱਥ 'ਚ ਕੁੱਤੇ ਦੀ ਬੁੱਤੀ ਫੜ ਕੇ ਦੂਜੇ ਹੱਥ ਦਾ ਘਸਨ ਵੱਟ ਕੇ ਉਹਦੀ ਵੱਖੀ 'ਚ ਮਾਰਿਆ ਕੈਪਰ ਇਸ ਅਸਾਧਾਰਨ ਲੜ ਨਾਲ ਕੰਬਣ ਲੱਗ ਪਿਆ ਐਲੀ ਤਤ ਨੇ ਡੰਗ ਚੁੱਕਣ ਲਈ ਹੱਥ ਵਧਾਇਆ ਕੁੱਤੇ ਨੇ ਇੱਕ ਪਾਸੇ ਵੱਲ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਜੋਤ 'ਚ ਜੁੱਤੀਆਂ ਹੁਣ ਕਾਰਨ ਸਫਲ ਰਿਹਾ ਐਲੀਤਤ ਨੇ ਡਾਂਗ ਘੁਮਾ ਕੇ ਮਾਰੀ ਕੁੱਤੇ ਉਹਦੇ ਕੁੱਤਾ ਉਹਦੇ ਪੈਰਾਂ 'ਚ ਡਿੱਕੇ ਚੀਕਾਂ ਮਾਰਨ ਲੱਗ ਪਿਆ। ਉਹਨੇ ਇੱਕ ਡਾਂਗ ਹੋਰ ਉਹਦੇ ਸਿਰ 'ਚ ਮਾਰੀ ਫਿਰ ਗੁੱਸੇ ਦੇ ਜੋਸ਼ 'ਚ ਉਹਨੂੰ ਅੰਦਾ ਧੁੰਦ ਕੁੱਟਣ ਡੈ ਪਿਆ। ਕੈਪਰ ਦੀਆਂ ਦਿਲ ਚੀਰਵੀਆਂ ਚੀਕਾਂ ਨਾਲ ਆਕਾਸ਼ ਗੂੰਜ ਰਿਹਾ ਸੀ। ਅਚਾਨਕ ਕੈਪਰ ਦੇ ਨਾਲ ਦੇ ਕੁੱਤੇ ਨੇ ਐਲੀਤਤ ਦੀ ਟੰਗ 'ਚ ਆਪਣੇ ਤਿੱਖੇ ਦੰਦ ਖੋਭ ਕੇ ਉਹਦਾ ਪਜਾਮਾ ਪਾੜ ਦਿੱਤਾ। ਐਲੀਤਤ ਨੇ ਇੱਕਦਮ ਪਛਾਹ ਹਟ ਕੇ ਰਫਲ ਚੁੱਕੀ ਤੇ ਕੁੱਤੇ ਨੂੰ ਗੋਲੀ ਮਾਰ ਦਿੱਤੀ। ਆਕਾਸ਼ ਵਿੱਚ ਕਿਲਿਸ਼ਕਾਰਾ ਜਿਹਾ ਦਿਖਾਈ ਦਿੱਤਾ। ਆਕਾਸ਼ ਗੰਗਾ ਅਸਮਾਨ ਚ ਇੱਕ ਚਮਕਦਾਰ ਡੰਡੀ ਬਣਾਉਂਦੀ ਹੋਈ ਲੰਘ ਰਹੀ ਸੀ ਮੈਂ ਸੂਰਜ ਦੇਵਤੇ ਦਾ ਬੰਦਾ ਹਾਂ ਸਮੁੰਦਰੀ ਤੱਟ ਦਾ ਬੱਚਾ ਬੱਚਾ ਮੈਨੂੰ ਜਾਣਦਾ ਹੈ ਚਾਚੂ ਲੋਕ ਮੈਨੂੰ ਜਾਣਦੇ ਹਨ ਮਿਰਕਣੀਆ ਚਾਰਲੀ ਮੇਰਾ ਗੁੜਾ ਮਿੱਤਰ ਹੈ ਚਮਕਦੇ ਆਕਾਸ਼ ਵੱਲ ਦੇਖਦਾ ਹੋਇਆ ਆਪਣੇ ਆਪ ਗੱਲਾਂ ਕਰ ਰਿਹਾ ਸੀ ਉਹਦੀ ਆਵਾਜ਼ ਸੁਣ ਕੇ ਕੁੱਤਿਆਂ ਨੇ ਕੰਨ ਖੜੇ ਕਰ ਲਏ ਉਹਨਾਂ ਨੇ ਛਾਲ ਮਾਰ ਕੇ ਅਗਾਹ ਵੱਲ ਹੁਜਕਾ ਮਾਰਿਆ ਪਰ ਸਲੇਜ ਬਾਂਸ ਨਾਲ ਰੋਕੀ ਹੋਣ ਕਾਰਨ ਹਿੱਲੀ ਨਾ ਕੁੱਤਿਆਂ ਨੇ ਪਛਾਂਵਲ ਤੱਕਿਆ ਐਲੀ ਤੱਤ ਨੇ ਬਾਂਸ ਨੂੰ ਬਰਫ਼ ਛੋੜ ਡੂੰਗਾ ਗੱਡ ਦਿੱਤਾ ਤੇ ਆਪਣਾ ਧਿਆਨ ਆਪਣੇ ਧਿਆਨ ਬੋਲਦਾ ਗਿਆ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਕਾਸ਼ਾਂ 'ਚ ਪਰਲੋਕ ਦੇ ਬੰਦੇ ਵੀ ਮੈਨੂੰ ਜਾਣਦੇ ਹਨ ਉਹ ਖਿਤਿਆਂ ਚਮਕ ਰਹੀਆਂ ਹਨ ਇਹਨਾਂ ਤੋਂ ਅੱਗੇ ਤ੍ਰਿਵ ਤਾਰੇ ਪਹਾੜਾਂ ਚੋਂ ਨਿਕਲ ਰਹੇ ਉਹਨਾਂ ਤਾਰਿਆਂ ਕੋਲ ਸ਼ੁਕਰ ਹੈ ਸ਼ੁਕਰ ਹੈ ਤੇ ਹਵਾਵਾਂ ਵਗਾਉਣ ਵਾਲੇ ਜਿੰਨ ਕਿੱਥੇ ਹਨ ਹੁਣ ਉਹ ਸਭ ਮੈਨੂੰ ਜਾਣਦੇ ਹਨ ਰੌਸ਼ਨੀ ਦੀਆਂ ਲੰਬੀਆਂ ਪੱਟੀਆਂ ਵਾਲ ਰਸਤੀਆਂ ਵੱਧਰੀਆਂ ਵਾਂਗ ਸਾਰੇ ਆਕਾਸ਼ 'ਚ ਹੁੰਦੀਆਂ ਹੋਈਆਂ ਤ੍ਰਿਵ ਤਾਰੇ ਵਾਂਗ ਫੈਲ ਗਈਆਂ ਉਤੋਂ ਅੱਗੇ ਸ਼ੁਕਰ ਕੋਲ ਪਹੁੰਚ ਕੇ ਡਰੇ ਹੋਏ ਰੇਂਡੀਆ ਮੰਗ ਸਾਰੇ ਪਾਸੇ ਖਿੰਡ ਗਈਆਂ। ਅਤਪੁੱਤ ਰੰਗਾਂ ਦੀ ਇਸ ਸੁੰਦਰ ਖੇਡ ਨਾਲ ਸਾਰਾ ਆਕਾਸ਼ جگਮਗਾ ਉੱਠਿਆ। ਲਾਟदार ਰੌਸ਼ਨੀ ਦੀਆਂ ਇਹ ਝਿਲਮਿਲਾਉਂਦੀਆਂ ਪੱਟੀਆਂ ਬਹੁਤ ਛੇਤੀ ਆਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਫਸਰ ਗਈਆਂ। ਇਸ ਤਰ੍ਹਾਂ ਰੌਸ਼ਨੀ ਦਾ ਝਿਲਮਿਲ ਕਰਦਾ ਇੱਕ ਜਾਲ ਜਿਹਾ ਬੁਣਿਆ ਗਿਆ। ਧਰੂਵੀ ਖੇਤਰ ਦੀਆਂ ਚੁੰਧਿਆ ਦੇਣ ਵਾਲੀਆਂ ਨਾ ਪ੍ਰਕਾਸ਼ ਤਾਰਾਵਾਂ ਸਾਹਮਣੇ ਫਿੱਕਾ ਪਿਆ ਹੋਇਆ ਚੰਦ ਇਹ ਉੰਜਾਬ ਦਾ ਸੀ ਜਿਵੇਂ ਕਿਸੇ ਬੁੱਢੇ ਦੀ ਬੋਟੀ ਵਾਂਗ irdkhanal ਸਾੜ ਰਿਹਾ ਹੋਵੇ ਐਲੀ ਤਤ ਆਕਾਸ਼ਵਲ ਦੇਖ ਕੇ ਇੱਕ ਵਾਰ ਤਾਂ ਸਹਿਮ ਗਿਆ ਪਰ ਉਹ ਨੂੰ ਇਹ ਸੋਚ ਕੇ ਬਹੁਤ ਖੁਸ਼ੀ ਹੋਈ ਕਿ ਪਰਲੋਕ ਦੇ ਲੋਕਾਂ ਨੇ ਬਹੁਤ ਵੱਡਾ ਤਿਹਾਰ ਮਨਾਉਣ ਵਾਸਤੇ ਅੱਗ ਬਾਲ ਰੱਖੀ ਹੈ ਪਰ ਇਹ ਆਕਾਸ਼ ਅੱਗ ਛੇਤੀ ਬੁਝ ਗਈ ਇੱਕ ਵਾਰ ਫੇਰ ਟਿਮਟਮਾਉਂਦੇ ਤਾਰਿਆਂ ਤੇ ਪਰਵਾਰ ਚ ਚੰਦ ਦਾ ਰਾਜ ਸਥਾਪਿਤ ਹੋ ਗਿਆ ਐਲੀ ਤਤ ਪਾਈਪ ਤਮਾਕੂ ਨਾਲ ਭਰ ਕੇ ਪੀਣ ਲੱਗ ਪਿਆ ਅਗਲਾ ਰਸਤਾ ਸਮੁੰਦਰ ਦੀ ਜੰਮੀ ਹੋਈ ਬਰਫ਼ ਉੱਪਰੋਂ ਲੰਘਦਾ ਸੀ ਸਭ ਪਾਸੇ ਚੁੱਪ ਦਾ ਰਾਜ ਸੀ ਆਕਾਸ਼ ਵਿੱਚ ਤਾਰੇ ਟੁੱਟ ਰਹੇ ਸਨ ਪਰ ਐਲੀ ਤੱਤ ਨੂੰ ਜਾਪਿਆ ਜਿਵੇਂ ਪ੍ਰਲੋਕ ਵਾਸੀ ਆਪਣੇ ਪੁਰਾਣੇ ਦੀਵੇ ਤੰਬੂਆਂ ਤੋਂ ਬਾਹਰ ਸੁੱਟ ਰਹੇ ਹੋਣ ਕੁੱਤਾ ਟੀਮ ਇਸ ਸਮੇਂ ਬਹੁਤ ਖਤਰਨਾਕ ਬਰਫ਼ਾਨੀ ਢੇਰਾਂ ਉੱਪਰ ਡਰੇ ਹੋਏ ਪੰਛੀ ਗੰਗ ਭੱਜੀ ਜਾ ਰਹੀ ਸੀ ਸਲੇਜ ਕਦੇ ਇੱਕ ਬਰਫ਼ ਢੇਰ ਉੱਪਰ ਚੜ ਜਾਂਦੀ ਦੂਜੇ ਪਾਸੇ ਅਗਲੇ ਢੇਰ 'ਚ ਖੁੱਬ ਜਾਂਦੀ ਐਲੀ ਤੱਤ ਸਲੇਜ 'ਚ ਉਤਰ ਕੇ ਕੁੱਤਿਆਂ ਦੀ ਅਗਵਾਈ ਕਰਨ ਲੱਗਾ ਖਾਲੀ ਸਲੇਜ ਕਦੇ-ਕਦੇ ਇੰਨੀ ਬੁੜਕਦੀ ਕਿ ਹਵਾ 'ਚ ਲਟਕਦੀ ਪ੍ਰਤੀਤ ਹੁੰਦੀ ਤੁਰੰਤ ਹੀ ਉਹ ਬੜੇ ਜ਼ੋਰ ਨਾਲ ਬਰਫ਼ ਨਾਲ ਆ ਟਕਰਾਂਦੀ ਯਰਾਕਿਆਂ ਦੀ ਆਵਾਜ਼ ਤਾਂ ਬੜੀ ਆਈ ਪਰ ਸਲੇਜ ਟੁੱਟਰੋਂ ਬਚ ਗਈ ਕਿਉਂਕਿ ਮਜ਼ਬੂਤ ਬਧਰੀਆਂ ਨਾਲ ਕਸੀ ਹੋਈ ਸੀ ਅਜਿਹੀ ਸਲੇਜ ਸਾਰੇ ਸਮੁੰਦਰੀ ਤੱਟ ਉਤੇ ਕਿਸੇ ਕੋਲ ਨਹੀਂ ਸੀ ਐਲੀ ਤੱਤ ਤੋਂ ਬਿਨਾਂ ਜਏ ਔਖੇ ਰਾਹਾਂ ਉਤੇ ਹੋਰ ਕੋਈ ਸਫ਼ਰ ਵੀ ਨਹੀਂ ਕਰ ਸਕਦਾ ਬਰਫ਼ ਢੇਰਾਂ ਦੇ ਖਤਮ ਹੁੰਦਿਆਂ ਹੀ ਕੁੱਤੇ ਉੱਚੀ-ਉੱਚੀ ਭੌਂਕਦੇ ਹੋਏ 11 ਕਨਾਟ ਬਸਤੀ ਵੱਲ ਭੱਜ ਤੁਰੇ ਅਗੋਂ ਬਸਤੀ ਦੇ ਕੁੱਤਿਆਂ ਨੇ ਵੀ ਭੌਂਕ ਕੇ ਉਹਨਾਂ ਦਾ ਸਵਾਗਤ ਕੀਤਾ ਸਲੇਜ ਬੁੱਡੇ ਕੈਮਨਵਾਟ ਦੇ ਤੰਬੂ ਮੋਰੇ ਜਾ ਰੁਕੇ ਨਵੇਂ ਆਉਣ ਵਾਲੇ ਬੰਦੇ ਨੂੰ ਦੇਖਣ ਵਾਸਤੇ ਅੱਧ ਨੰਗੇ ਬੰਦਿਆਂ ਨੇ ਤੰਬੂਆਂ ਵਿੱਚੋਂ ਸਿਰ ਬਾਹਰ ਕੱਢੇ ਕਾਲੀ ਕਾਲੀ ਕੱਪੜੇ ਪਾ ਕੇ ਲੋਕ ਐਲੀਤਤ ਦੀ ਸਲੇਜ ਦੁਆਲੇ ਇਕੱਠੇ ਹੋ ਗਏ ਐਈ ਵੀ ਭੀੜ 'ਚ ਆ ਰਲਿਆ ਐਲੀਤਤ ਦੀ ਸਲੇਜ ਵਿੱਚ ਰੈਂਡੀਅਰ ਬੱਚੇ ਦੀ ਵਿਆਹ ਖਲ ਦੇਖ ਕੇ ਉਹਦਾ ਮੱਥਾ ਠਣ ਗਿਆ ਐਲੀਤਤ ਕੈਮਨਵਾਟ ਦੇ ਤੰਬੂ ਅੱਗੇ ਕਿਉਂ ਰੁਕ ਗਿਆ ਕਿ ਉਹਨੂੰ ਨਹੀਂ ਪਤਾ ਟਾਈਗਰਾਣਾ ਮੇਰੀ ਮੰਗੇਤਰ ਹੈ ਇਸ ਗੱਲ ਨੂੰ ਟੱਟ ਦੇ ਸਾਰੇ ਲੋਕ ਜਾਣਦੇ ਆ ਐ ਹੀ ਨੇ ਸੋਚਿਆ ਉਹਦਾ ਦਿਲ ਘਟਣ ਲੱਗ ਪਿਆ ਉਹ ਚੁੱਪਚਾਪ ਆਪਣੇ ਤੰਬੂ 'ਚ ਚਲਾ ਗਿਆ ਜਿਵੇਂ ਟੁੰਡਰਾ 'ਚ ਪੰਛੀ ਟਿੱਲੇੋਂ ਟਿੱਲੇ ਉੱਡਦਾ ਬਹੁਤ ਦੂਰ ਨਿਕਲ ਜਾਂਦਾ ਹੈ ਇਸੇ ਤਰ੍ਹਾਂ ਐਲੀ ਤੇ ਤੇ ਆਉਣ ਦੀ ਖਬਰ ਇੱਕ ਤੰਬੂ ਤੋਂ ਦੂਜੇ ਤੰਬੂ ਤੱਕ ਹੁੰਦੀ ਹੋਈ ਸਾਰੇ ਤੰਬੂਆਂ 'ਚ ਪਹੁੰਚ ਗਈ ਕਾਂਡ ਨੋਆ ਦਿਨ ਭਰ ਦੇ ਸ਼ਿਕਾਰ ਪਿੱਛੋਂ ਥੱਕ ਟੁੱਟ ਕੇ ਹੂਕ ਸੁੱਤੀ ਪਈ ਟਾਈਗਰਾਨਾ ਦੀਆਂ ਲੰਬੀਆਂ ਕਾਲੀਆਂ ਮੀਡੀਆਂ ਰੈਂਡੀਅਰ ਖਲਾਂ ਦੇ ਚਿੱਟੇ ਬਿਸਤਰੇ ਉੱਪਰ ਹੋਰ ਵੀ ਕਾਲੀਆਂ ਝਾਪਦੀਆਂ ਸੀ ਉਹ ਨੇਂਦ ਵਿੱਚ ਵੀ ਮੁਸਕਰਾ ਰਹੀ ਜਾਪੀ ਸੀ ਉਸ ਕੋਲ ਮੂੰਹ ਵਾਲੇ ਪਾਸੇ ਬੈਠੀ ਉਹਦੀ ਮਾਂ ਉਹਨੂੰ ਉਠਾਉਣ ਬਾਰੇ ਸੋਚ ਰਹੀ ਸੀ ਪਰ ਉਹਨੂੰ ਜਗਾਉਣ ਲਈ ਉਹਦਾ ਜੀ ਨਹੀਂ ਸੀ ਕਰਦਾ ਹੌਲੀ ਹੌਲੀ ਟਾਈਗਰਾਨਾ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਆਪਣੀ ਮਾਂ ਨੂੰ ਦੇਖ ਕੇ ਉਹ ਹਲਕਾ ਜਿਹਾ ਬੇਆਵਾਜ਼ ਆਸਾ ਹਸੀ ਉਹਦੇ ਮੋਤੀਆਂ ਵਰਗੇ ਚਿੱਟੇ ਦੰਦ ਦਿਖਾਈ ਦਿੱਤੇ ਉਹਦੀਆਂ ਕਾਲੀਆਂ ਅੱਖਾਂ ਚਮਕ ਰਹੀਆਂ ਸਨ ਮੈਨੂੰ ਇੱਕ ਸੁਪਨਾ ਆਇਆ ਮਾਂ ਟਾਈਗਰਾਨਾ ਨੇ ਕਿਹਾ ਬਹੁਤ ਵਧੀਆ ਸੁਪਨਾ ਮੈਂ ਦੇਖਿਆ ਜਿਵੇਂ ਐਂ ਤੇ ਮੈਂ ਇੱਕ ਤੰਬੂ 'ਚ ਰਹਿ ਰਿਹਾ ਸਾਡੇ ਬਹੁਤ ਸਾਰੇ ਨਿਆਣੇ ਹਨ ਪੂਰਾ ਇੱਜੜ ਦਾ ਇੱਜੜ ਐਂ ਬੋਲਿਆ ਟਾਈਗਰਾਨਾ ਸਾਨੂੰ ਆਪਣਾ ਤੰਬੂ ਖੁੱਲਾ ਕਰਨ ਵਾਸਤੇ ਰੈਂਡੀਅਰ ਪਾਲ ਲੋਕਾਂ ਕੋਲੋਂ ਪਹਾੜੀਆਂ 'ਚ ਜਾ ਕੇ ਖੱਲਾਂ ਲਿਆਉਣੀਆਂ ਚਾਹੀਦੀਆਂ ਨੇ ਟਾਈਗਰਾਨਾ ਉੱਠ ਕੇ ਬੈਠ ਗਈ ਤੇ ਬੜੇ ਜ਼ੋਰ ਨਾਲ ਖੁੱਲ ਕੇ ਹੱਸੀ ਬਾਰੋਂ ਆ ਰਹੀਆਂ ਆਵਾਜ਼ਾਂ ਸੁਣ ਕੇ ਇੱਕਦਮ ਬੋਲੀ ਆਪਣੇ ਤੰਬੂ ਦੇ ਬਾਹਰ ਕੀ ਰੌਲਾ ਪੈਂਦਾ ਮਾਂ ਆਪਣੇ ਤੰਬੂ ਅੱਗੇ ਐਲੀ ਤੱਕ ਠਹਿਰਿਆ ਹੋਇਆ ਹੈ ਟਾਇਗਰਾਨਾ ਲੋਕ ਦੱਸਦੇ ਨੇ ਉਹਦੀ ਸਲੇਜ ਵਿੱਚ ਰਿੰਡੀਅਰ ਬੱਚੇ ਦੀ ਵਿਆਹ ਖਲ ਪਈ ਹੈ ਆਪਣੇ ਵਾਸਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਟਾਇਗਰਾਨਾ ਘਬਰਾ ਗਈ ਪਰ ਆਇਂਦਾ ਕੀ ਬਣੇਗਾ ਉਹਨੇ ਕਿਹਾ ਉਹ ਬਚਪਨ ਤੋਂ ਮੇਰਾ ਮੰਗੇਤਰ ਹੈ ਉਹ ਦਿਨ ਦੂਰ ਨਹੀਂ ਜਦ ਅਸੀਂ ਇਕੱਠੇ ਰਿਹਾ ਕਰਾਂਗੇ ਕਿ ਟੱਟ ਦੇ ਲੋਕ ਇਸ ਗੱਲ ਨੂੰ ਭੁੱਲ ਗਏ ਨੇ ਜਾਂ ਉਹਨਾਂ ਨੂੰ ਆਪਣੀ ਰੀਤ ਯਾਦ ਨਹੀਂ ਰਹੀ ਬੁੱਢਾ ਐਲੀ ਤਤ ਰਿੰਡੀਰ ਖਲ ਲੈ ਕੇ ਇੱਥੇ ਕਿਉਂ ਆਇਆ? ਉਹ ਚਲਾਕ ਲੋਭੀ ਤੇ ਧੋਖੇਬਾਜ਼ ਆਦਮੀ ਹੈ। ਐਈ ਚਾਂਦੀ ਰੰਗੀ ਲੂੰਬੜੀ ਬਦਲੇ ਮੇਰੇ ਲਈ ਰਫਲ ਖਰੀਦਣੀ ਚਾਹੁੰਦਾ ਸੀ। ਪਰ ਐਲੀ ਤਤ ਨੇ ਚਾਰਲੀ ਨੂੰ ਰੋਕ ਦਿੱਤਾ। ਮੈਂ ਉਹਦੇ ਗੰਦੇ ਘਰ 'ਚ ਨਹੀਂ ਜਾਵਾਂਗੀ। ਐਈ ਜੇ ਚੰਗੀ ਕਰੇ ਤਾਂ ਖਲ ਨਾਲ ਭਾਰ ਬਣ ਕੇ ਇਹਨੂੰ ਸਮੁੰਦਰ 'ਚ ਸੁੱਟ ਦੇਵੇ। ਟਾਈਗਰਾਨਾ ਨੇ ਗੁੱਸੇ ਭਰੇ ਜੋਸ਼ ਨਾਲ ਲਗਿਆ। ਧੀਏ ਮੇਰੇ ਕੰਨ ਜਿਹੀਆਂ ਗੱਲਾਂ ਸੁਣਨ ਦੇ ਆਦੀ ਨਹੀਂ। ਇਸ ਤਰ੍ਹਾਂ ਆਪਾਂ ਕਿਸੇ ਭਾਰੀ ਵਿਪਤਾ 'ਚ ਫਸ ਜਾਵਾਂਗੇ ਮਾਂ ਨੇ ਲੰਬਾ ਹੋਕਾ ਲੈ ਕੇ ਉਹਨੂੰ ਸਮਝਾਇਆ ਟਾਈਗਰਾਨਾ ਚੁੱਪਚਾਪ ਉੱਠ ਕੇ ਤੰਬੂ ਦੇ ਖੁੰਜੇ 'ਚ ਜਾ ਕੇ ਉਸੇ ਤਰ੍ਹਾਂ ਸੋਚਾਂ 'ਚ ਡੁੱਬੀ ਮਾਂ ਵੱਲ ਪਿੱਠ ਕਰਕੇ ਖੜੋ ਗਈ ਸ਼ਿਕਾਰ ਖੇਡ ਕੇ ਕਮਾਇਆ ਉਹਦਾ ਲਚਕਦਾਰ ਨਰਵਾ ਸਰੀਰ ਪੱਥਰ ਵਾਂਗ ਸਖਤ ਜਾਪਦਾ ਸੀ ਕੈਮਨਵਾਰਡ ਦੇ ਬੁੱਢਾ ਹੋ ਜਾਣ ਕਾਰਨ ਟਾਈਗਰਾਨਾ ਨੂੰ ਘਰ ਦੀ ਗੁਜ਼ਾਰੇ ਲਈ ਆਦਮੀਆਂ ਨਾਲ ਬਾਹਰ ਸ਼ਿਕਾਰ ਕਰਨ ਜਾਣਾ ਪੈਂਦਾ ਇਸ ਔਖੇ ਕੰਮ ਨੂੰ ਵੀ ਉਹ ਪਿਆਰ ਕਰਨ ਲੱਗ ਪਈ ਸੀ ਸਫਲਤਾ ਭਰੇ ਸ਼ਿਕਾਰ ਪਿੱਛੋਂ ਜਦੋਂ ਹਸਦੀ ਖੇਡਦੀ ਘਰ ਮੁੜਦੀ ਤਾਂ ਉਹਦੇ ਪ੍ਰਸੰਤਾ ਭਰੇ ਹਾਸੇ ਦੀ ਗੂੰਜ ਸਾਰੀ ਬਸਤੀ 'ਚ ਸੁਣਾਈ ਦਿੰਦੀ। ਉਸ ਦਿਨ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੀ ਜਿਸਨੂੰ ਉਹ ਤੇ ਐਈ। ਇਸ ਨਾਲੋਂ ਵੀ ਵੱਧ ਖੁਸ਼ੀਆਂ ਭਰਿਆ ਜੀਵਨ ਆਰੰਭ ਕਰਨਗੇ। ਪਰ ਹੁਣ ਉਹ ਵਿਪਤਾ ਦੀ ਵਿਆਕੁਲਤਾ ਭਰੇ ਅਹਿਸਾਸ ਸੀਟ ਦਬਦੀ ਜਾ ਰਹੀ ਸੀ। ਉਹਦੀਆਂ ਅੱਖਾਂ 'ਗੇ ਹਨੇਰਾ ਛਾ ਗਿਆ। ਉਹਦੇ ਕੰਨ ਮਾਂ ਦੀਆਂ ਗੱਲਾਂ ਨਹੀਂ ਸੁਣ ਰਹੇ ਸਨ। ਟਾਇਗਰਾਨਾ ਸੁਣਦੀ ਨਹੀਂ ਧੀਏ। ਸਾਨੂੰ ਚਾਹ ਤਿਆਰ ਕਰਨੀ ਚਾਹੀਦੀ ਹੈ ਉਹਦੀ ਮਾਂ ਨੇ ਆਖਿਆ ਉਹ ਵੱਡੀ ਕੇਤਲੀ ਧਰਦੇ ਅੱਗ ਉੱਤੇ ਟਾਇਗਰਾ ਨਾ ਹੌਲੀ-ਹੌਲੀ ਚੁੱਲ੍ਹੇ ਕੋਲ ਜਾ ਕੇ ਚੁੱਪਚਾਪ ਅੱਗ ਬਾਲਣ ਲੱਗ ਪਈ ਕਦੇ-ਕਦੇ ਉਹ ਦੁੱਖ ਭਰੀਆਂ ਨਜ਼ਰਾਂ ਨਾਲ ਮਾਂ ਵੱਲ ਦੇਖ ਵੀ ਲੈਂਦੀ ਤੇ ਜਿਹੜੇ ਮਹਿਮਾਨ ਦੇ ਬਿਸਤਰੇ ਵਾਸਤੇ ਵਧੀਆ-ਵਧੀਆ ਮਿਰਗਛਾਲਾਂ ਵਿਛਾ ਰਹੀ ਸੀ ਬਾਹਰ ਕੈਮਨਵਾਟੈਲੀ ਤੱਕ ਦੇ ਕੁੱਤਿਆਂ ਦੀ ਇਸ ਤਰ੍ਹਾਂ ਦੇਖਭਾਲ ਕਰ ਰਿਆ ਸੀ ਜਿਵੇਂ ਵਗਾਰ ਘਟ ਰਿਹਾ ਹੋਵੇ ਕਦੇ-ਕਦੇ ਉਹ ਐਈ ਦੇ ਤੰਬੂ ਵਾਲੀ ਚਿੰਤਾ ਭਰੀਆਂ ਨਜ਼ਰਾਂ ਨਾਲ ਦੇਖ ਲੈਂਦਾ ਉਹ ਐਈ ਨੂੰ ਪੁੱਤਰਾ ਵਾਂਗ ਪਿਆਰ ਕਰਦਾ ਸੀ ਤੇ ਜਾਣਦਾ ਸੀ ਕਿ ਹੁਣ ਐਈ ਦਾ ਦਿਲ ਬਗਿਆੜ ਦੇ ਮੂੰਹ ਆਏ ਰੈਂਡੀਅਰ ਦੇ ਦਿਲ ਵਾਂਗ ਤੜਫ ਰਿਹਾ ਹੋਵੇਗਾ ਪਰ ਇੱਥੇ ਕਿਸੇ ਦਾ ਜ਼ੋਰ ਨਹੀਂ ਸੀ ਚੱਲ ਸਕਦਾ ਐਲੀਟੈਤ ਨੂੰ ਉਹ ਕਿਵੇਂ ਇਨਕਾਰ ਕਰ ਸਕਦਾ ਸੀ ਵੱਡੇ ਪ੍ਰੋਹਤ ਸ਼ਾਮਾ ਕੋਰੋਗ ਦੇ ਅਮੀਰ ਪੁੱਤਰ ਨੂੰ ਕਿਵੇਂ ਜਵਾਬ ਦਿੱਤਾ ਜਾ ਸਕਦਾ ਸੀ ਠੰਡ ਨਾਲ ਜੰਮ ਕੇ ਪੱਥਰ ਬਣੇ ਵਾਲਰਸ ਮਾਸ ਨੂੰ ਕੱਟਣ ਵਾਸਤੇ ਬੁੱਢਾ ਕੈਮਨਵਾਰਟ ਅਨਜਾਣਾ ਵਾਂਗ ਕੋਹਾੜੀ ਚਲਾ ਰਿਹਾ ਸੀ ਐਲੀ ਤੱਤ ਆਪਣੇ ਕੁੱਤਿਆਂ ਨੂੰ ਖੁਰਾਕ ਦਿੱਤੀ ਜਾਣ ਦੀ ਉਡੀਕ ਚ ਤੰਬੂ ਨਾਲ ਢੋ ਲਾ ਕੇ ਖੜਾ ਸੀ ਕੁੱਤਿਆਂ ਦੀ ਖੁਰਾਕ ਦਾ ਜਿਹਾ ਜ਼ਰੂਰੀ ਮਾਮਲਾ ਉਹ ਜੈ ਬੁੱਢੇ ਉੱਪਰ ਨਹੀਂ ਛੱਡ ਸਕਦਾ ਸੀ ਜਿਸ ਨੇ ਖੁਦ ਕਦੇ ਚੰਗੇ ਕੁੱਤਿਆਂ ਦੀ ਟੀਮ ਨਹੀਂ ਸੀ ਰੱਖੀ ਐਹੀ ਆਪਣੇ ਤੰਬੂ ਦੇ ਬਾਹਰ ਖੜਾ ਕਰੜੀ ਬਰਫ਼ ਨੂੰ ਠੇਡੇ ਮਾਰ-ਮਾਰ ਆਪਣੀ ਬੇਚੈਨੀ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਬੁੱਢੇ ਦੀ ਹਾਲਤ ਵੇਖ ਕੇ ਉਹਨੂੰ ਬਹੁਤ ਦੁੱਖ ਹੋ ਰਿਹਾ ਸੀ ਉਹ ਹਮੇਸ਼ਾ ਹੀ ਪੱਥਰ ਵਰਗੇ ਸਖਤ ਮਾਸ ਨੂੰ ਕੱਟਣ ਚੋਦੀ ਤੇ ਟਾਈਗਰਾਨਾ ਦੀ ਸਹਾਇਤਾ ਕਰਿਆ ਕਰਦਾ ਸੀ ਹੁਣ ਮੈਂ ਇਹਦੀ ਸਹਾਇਤਾ ਲਈ ਨਹੀਂ ਜਾ ਸਕਦਾ ਐ ਹੀ ਨੇ ਸੋਚਿਆ ਪਰ ਅਲੀ ਤਾਂ ਤਾਂ ਟਾਈਗਰਾਨਾ ਨੂੰ ਫੇਰ ਵੀ ਲੈ ਜਾਏਗਾ ਮੈਂ ਉਹਦੀ ਸਹਾਇਤਾ ਕਰਾਂ ਚਾਹੀ ਨਾ ਕਰਾਂ ਬੁੱਢਾ ਵਿਚਾਰਾ ਕਿੰਨਾ ਔਖਾ ਹੋ ਰਿਹਾ ਉਸੇ ਘੜੀ ਭੱਜ ਕੇ ਕੈਮਨਵਾਟ ਕੋਲ ਆ ਗਿਆ ਤੇ ਉਸ ਤੋਂ ਕੁਹਾੜੀ ਫੜਨ ਲਈ ਹੱਥ ਅੱਗੇ ਵਧਾਇਆ ਕੈਮਨਵਾਰਟ ਨੇ ਕਮਰ ਸਿੱਧੀ ਕੀਤੀ ਪਰ ਉਹਦੀਆਂ ਅੱਖਾਂ ਐਹੀ ਦੇ ਸਾਹਮਣੇ ਉੱਠ ਨਾ ਸਕੀਆਂ। ਕੁਹਾੜੀ ਉਹਦੇ ਹੱਥੋਂ ਡਿੱਗ ਪਈ। ਐਹੀ ਕੁਹਾੜੀ ਚੁੱਕ ਕੇ ਮਾਸ ਕੱਟਣ ਲੱਗ ਪਿਆ। ਕੈਮਨਵਾਰਟ ਨੇ ਉਦਾਸੀ ਨਾਲ ਅਈ ਵੱਲ ਤੱਕਿਆ ਤੇ ਆਪਣੇ ਤੰਬੂ ਵੱਲ ਹੱਥ ਕਰਕੇ ਬੁੜਬੁੜਾਇਆ। ਮੈਂ ਅੰਦਰ ਜਾਣਾ। ਐਹੀ ਨੇ ਛੇਤੀ ਛੇਤੀ ਮਾਸ ਦੇ ਟੁਕੜੇ ਕਰਕੇ ਤਸਲੇ 'ਚ ਪਾ ਦਿੱਤੇ। ਐਲੀ ਤਤ ਨੇ ਉਹਨੂੰ ਆਖਿਆ, "ਔ ਚਾਰਲੀ ਐ।" ਉਹਨੂੰ ਧਿਆਨ ਨਾਲ ਚਰਬੀ ਵਾਲੇ ਦੋ ਟੁਕੜੇ ਪਾ ਦੇ। ਐਹੀ ਨੇ ਤਸਲਾ ਚੁੱਕਿਆ। ਕੁੱਤੇ ਇਕਦਮ ਖੜੇ ਹੋ ਗਏ ਤੇ ਵਿਚੈਨੀ ਨਾਲ ਬੂਥੀਆਂ ਉੱਪਰ ਚੁੱਕ ਕੇ ਧੱਕਮ ਧੱਕੀ ਕਰਦੇ ਚਾਰਲੀ ਐਲੀ ਤਤ ਨੇ ਆਵਾਜ਼ ਦਿੱਤੀ ਐਈ ਨੇ ਮਾਸ ਦਾ ਟੁਕੜਾ ਸੁਟਿਆ ਜਿਹਨੂੰ ਚਾਰਲੀ ਨੇ ਹਵਾ ਚ ਹੀ ਬੋਚ ਲਿਆ ਉਹ ਟਿਲਹੈਨ ਐਲੀ ਤਤ ਨੇ ਦੂਜੀ ਆਵਾਜ਼ ਦਿੱਤੀ ਪਰ ਉਟਿਲਹੈਨ ਦਾ ਟੁਕੜਾ ਕਿਸੇ ਤਰ੍ਹਾਂ ਕੈਪਰ ਨਹੀਂ ਬੋਚ ਲਿਆ ਐਲੀ ਤਤ ਨੇ ਕੁੱਤੇ ਨੂੰ ਸੰਘੋ ਫੜਿਆ ਤੇ ਉਹਦੇ ਜਵਾੜਿਆਂ ਚ ਟੁਕੜਾ ਖੋ ਕੇ ਉਟਿਲਹੈਨ ਨੂੰ ਪਾਇਆ ਇਸ ਤਰ੍ਹਾਂ ਐਲੀ ਤਤ ਨੇ ਕੁੱਤੇ ਨੂੰ ਵਾਰੀ ਵਾਰੀ ਬੁਲਾ ਕੇ ਮਾਸ ਖੋਇਆ ਕਦੇ-ਕਦੇ ਤ੍ਰਿਸਕਾਰ ਪਰ ਜਾਂ ਨਜ਼ਰਾਂ ਨਾਲ ਉਹਾਈ ਵੱਲ ਵੀ ਦੇਖ ਲੈਂਦਾ ਸੀ। ਸਮੁੰਦਰੀ ਤੱਟ ਉੱਤੇ ਰਹਿਣ ਵਾਲੇ ਲੋਕਾਂ ਦੇ ਘਟਨਾ ਰਹਿਤ ਜੀਵਨ ਦੀ ਹਰ ਨਿੱਕੀ-ਮੋਟੀ ਗੱਲ ਉਹਨਾਂ ਦੇ ਮਨਾਂ 'ਚ ਸਾਂਭੀ ਰਹਿੰਦੀ। ਹਰ ਕਿਸੇ ਨੂੰ ਪਤਾ ਹੁੰਦਾ ਸੀ ਕਿ ਕੋਈ ਆਦਮੀ ਕਿੱਥੇ ਜੰਮਿਆ, ਕਿੱਥੇ ਮਰਿਆ, ਕਿਸ ਦਾ ਕਿਸ ਨਾਲ ਵਿਆਹ ਹੋਣਾ ਸੀ। ਐਲੀ ਤੱਤ ਵੀ ਜਾਣਦਾ ਸੀ ਕਿ ਐਂ ਦਾ ਵਿਆਹ ਟਾਇਗਰਾਨਾ ਨਾਲ ਹੋਣਾ ਸੀ। ਸਿਆਲ ਦੀ ਰੁੱਤ 'ਚ ਬਰਫ਼ ਝੱਖੜ ਸਮੇ ਟਾਇਗਰਾਨਾ ਦੇ ਜੰਮਣ ਵਿੱਚੋਂ ਜਦ ਅਜੇ ਉਹਦੇ ਪਿੰਡੇ ਉੱਪਰ ਬਰਫ਼ ਮਲੀ ਜਾ ਰਹੀ ਸੀ। ਸਾਰੀ ਬਸਤੀ ਨੂੰ ਪਤਾ ਲੱਗ ਗਿਆ ਸੀ ਕਿ ਉਹ ਐਂ ਦੀ ਵਰਟੀ ਬਣੇਗੀ ਉਦੋਂ ਵੀ ਇਕੱਠੇ ਹੀ ਵੱਡੇ ਹੋਏ ਇਕੱਠੇ ਖੇਡੇ ਪਿੱਛੋਂ ਇਕੱਠੇ ਸ਼ਿਕਾਰ ਕਰਨ ਜਾਂਦੇ ਰਹੇ ਇਸ ਤਰ੍ਹਾਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪਏ ਉਸ ਦਿਨ ਦੀ ਉਹ ਬੜੀ ਬੇਸਬਰੀ ਨਾਲ ਉਡੀਕ ਕਰਨ ਲੱਗ ਪਏ ਜਿਸ ਦਿਨ ਉਹਨਾਂ ਨੇ ਪਤੀ ਪਤਨੀ ਬਣਨਾ ਸੀ ਐਲੀ ਤਤ ਨੂੰ ਵੀ ਇਸ ਸਾਰੀ ਗੱਲ ਦਾ ਪਤਾ ਸੀ ਪਰ ਜਦ ਟੁੰਡਰਾਜ ਲੂੰਬੜੀ ਨੂੰ ਮਾਸ ਦਾ ਟੁਕੜਾ ਲੱਭ ਪਵੇ ਤਾਂ ਕਿ ਬਘਿਆੜੋ ਤੋਂ ਖੋ ਨਹੀਂ ਲੈਂਦਾ ਅਸਲ 'ਚ ਉਹਨੂੰ ਖੋਣ ਦੀ ਲੋੜ ਹੀ ਨਹੀਂ ਪੈਂਦੀ ਜਦ ਬਗਿਆੜ ਨੇੜੇ ਆਉਂਦਾ ਲੂੰਬੜੀ ਖੋਦੀ ਪੱਜ ਜਾਂਦੀ ਹੈ ਐਂਵਲ ਦੇਖਦੇ ਆ ਐਲੀਤਤ ਨੇ ਆਪਣੇ ਮਨ ਚ ਸੋਚਿਆ ਉਹਨੇ ਵਿਆਹ ਖਾ ਲ ਚੁੱਕੀ ਤੇ ਤੰਬੂ ਦੇ ਅੰਦਰ ਚਲਾ ਗਿਆ ਰਿਹਾਈਸ਼ੀ ਕਮਰੇ ਦੇ ਬੂਹੇ ਕੋਲ ਜਾ ਕੇ ਰੁਕ ਗਿਆ ਆਪਣੀ ਮੌਜੂਦਗੀ ਜ਼ਾਹਰ ਕਰਨ ਲਈ ਖੰਗ ਗਿਆ ਤੂੰ ਆ ਗਿਆ ਐਲੀਤਤ ਕੈਮਨ ਬੈਟ ਨੇ ਕਮਜ਼ੋਰ ਆਵਾਜ਼ 'ਚ ਪੁੱਛਿਆ ਹਾਂ ਆ ਗਿਆ ਐਲੀਤਤ ਨੇ ਸਵੀਕਾਰ ਕੀਤਾ ਤੇ ਰਿੰਡੀਰ ਬੱਚੇ ਦੀ ਖਾਲੋ ਦੇ ਅੱਗੇ ਕਰ ਦਿੱਤੀ ਬੁੱਢੇ ਨੇ ਸੋਗਾਤ ਸਵੀਕਾਰ ਕਰ ਲਈ ਅਲੀਤ ਚੇਤੀ ਨਾਲ ਚੌਕ ਦੇ ਅੰਦਰ ਲੰਘਿਆ ਸੰਤੁਸ਼ਟਤਾ ਨਾਲ ਮੁਸਕਰਾ ਰਿਹਾ ਉਹਦਾ ਮੂੰਹ ਲਾਲ ਹੋ ਗਿਆ ਟਾਈਗਰਾਨਾ ਦੀ ਉਸ ਵੱਲ ਪਿੱਛੇ ਸੀ ਉਹ ਮੀਡੀਆ ਕਰ ਰਹੀ ਸੀ ਕਮਰੇ 'ਚ ਚਾਨਣ ਸੀ ਕੈਮਨ ਵਾਟ ਅਲੀਤ ਦੀ ਸੁਗਾਤ ਨੂੰ ਹੱਥਾਂ 'ਚ ਫੜ ਕੇ ਖੱਲਾਂ ਦੇ ਢੇਰ ਉੱਪਰ ਬਹਿ ਗਿਆ ਕਿੰਨੀ ਸੋਹਣੀ ਖੱਲ ਹੈ ਦੁੱਖ ਭਰੀ ਮੁਸਕਰਾਹਟ ਨਾਲ ਉਹ ਇਹ ਗੱਲ ਕਹਿੰਦਿਆਂ ਖੱਲ ਉਹਨੇ ਆਪਣੀ ਪਤਨੀ ਨੂੰ ਫੜਾ ਦਿੱਤੀ ਬੁੱਢੀ ਨੇ ਬੜੇ ਧਿਆਨ ਨਾਲ ਤੈਅ ਕਰਕੇ ਖੱਲ ਇੱਕ ਪਾਸੇ ਇੱਕ ਖਾਸ ਥਾਂ ਤੇ ਰੱਖ ਦਿੱਤੀ ਤੇ ਹਮੇਸ਼ਾ ਵਾਸਤੇ ਟਾਈਗਰਾਨਾ ਦੀ ਕਿਸਮਤ ਦਾ ਫੈਸਲਾ ਹੋ ਗਿਆ। ਕੁੜੀ ਨੇ ਛੋਟੀਆਂ-ਛੋਟੀਆਂ ਟੰਗਾਂ ਵਾਲਾ ਮੇਜ਼ ਚਪਚਾਪ ਕਮਰੇ ਦੇ ਵਿੱਚ ਘਾਰ ਰੱਖ ਦਿੱਤਾ। ਫੇਰ ਅਲੀਤਤ ਤੋਂ ਮੂੰਹ ਦੂਜੇ ਪਾਸੇ ਕਰਕੇ ਉਹ ਚਾਹ ਪਾਉਣ ਲੱਗ ਪਈ। ਟਾਈਗਰਾਨਾ ਤੂੰ ਖੁਸ਼ ਕਿਉਂ ਨਹੀਂ ਦਿੱਸਦੀ? ਮਾਂ ਨੇ ਪੁੱਛਿਆ। ਦਿੱਖਦਾ ਸੀ ਕਿੰਨਾ ਵੱਡਾ ਪੁਰਾਣਾ ਸਾਡੇ ਘਰ ਆਇਆ ਹੈ। ਟਾਈਗਰਾਨਾ ਨੇ ਅੱਖਾਂ ਉੱਪਰ ਨਾ ਚੁੱਕੀਆਂ। ਇਹ ਹੁੰਦਾ ਸੀ ਜਿਵੇਂ ਮਾਂ ਦੀ ਗੱਲ ਉਹਨੇ ਸੁਣੀ ਨਹੀਂ ਸੀ। ਜ਼ਿੰਦਗੀ 'ਚ ਅਜ ਪਹਿਲੀ ਵਾਰ ਉਹਨੇ ਮਾਂ ਨੂੰ ਕੋਈ ਉੱਤਰ ਨਹੀਂ ਸੀ ਦਿੱਤਾ। ਅਲੀਤਤ ਨੇ ਟਾਈਗਰਾਨਾ ਵੱਲ ਵੇਖ ਕੇ ਕਿਹਾ ਖੁਸ਼ੀ ਤਾਂ ਇੱਕ ਮਾਮੂਲੀ ਚੀਜ਼ ਹੈ ਬਰਫ਼ ਦੇ ਗੋਲੇ ਵਾਂਗ ਹਵਾ ਵਗਣ ਨਾਲ ਹੀ ਪੈਦਾ ਹੋ ਜਾਂਦੀ ਹੈ ਸਾਨੂੰ ਕੇਵਲ ਚੰਗੀ ਹਵਾ ਵਗਣ ਦੀ ਉਡੀਕ ਕਰਨੀ ਚਾਹੀਦੀ ਹੈ ਅਹਿਲਿਤਤ ਖਿਸਕ ਕੇ ਮੇਜ਼ ਦੇ ਨੇੜੇ ਹੋ ਗਿਆ ਚਾਹ ਪੀਂਦਾ ਰਿਹਾ ਨਾਲੇ ਗੱਲਾਂ ਕਰਦਾ ਰਿਹਾ ਪਿਛਲੀ ਗਰਮੀ ਦੇ ਸ਼ਿਕਾਰ ਬਾਰੇ ਉਹ ਕਾਸ਼ੀ ਅੱਗ ਬਾਰੇ ਜਿਹੜੀ ਉਹਨੇ ਰਾਤ ਦੇਖੀ ਸੀ ਇਸ ਦੌਰਾਨ ਉਹਨੇ ਇੱਕ ਵਾਰ ਵੀ ਟੈਗਰਾਨਾ ਨੂੰ ਸੰਬੋਧਨ ਨਾ ਕੀਤਾ ਅਹਿਲਿਤਤ ਆਪਣੇ ਕੁੱਤੇ ਨੂੰ ਵੇਖਣ ਵਾਸਤੇ ਤੰਬੂ ਤੋਂ ਬਾਹਰ ਗਿਆ ਕੈਮਨਵਾਰਡ ਵੀ ਉਹਦੇ ਪਿੱਛੇ ਪਿੱਛੇ ਬਾਹਰ ਚਲਾ ਗਿਆ ਤੇ ਇਹ ਬੁੱਢੀ ਨੇ ਕਿਹਾ ਹੁਣ ਤੂੰ ਅਸਲੀ ਇਸਤਰੀ ਬਣੇਗੀ ਤੇਰੇ ਬੱਚੇ ਭੁੱਖੇ ਨਹੀਂ ਮਰਨਗੇ ਐਲੀਤਤ ਕੋਲ ਸਦਾ ਹੀ ਮਾਸ ਦੀ ਬਹੁਤਾਤ ਰਹਿੰਦੀ ਪਰ ਬਦਕਿਸਮਤੀ ਨਾਲ ਜੇ ਤੇਰਾ ਕੋਈ ਨਿੱਕਾ ਨਿਆਣਾ ਨਾ ਹੋਇਆ ਫਿਰ ਤੂੰ ਅਸਲੀ ਇਸਤਰੀ ਨਹੀਂ ਬਣ ਸਕੇਗੀ ਅਗਲੇ ਦਿਨ ਸਵੇਰੀ ਤਿੰਨ ਕੁੱਤੇ ਕੈਮਨਵਾਰਡ ਦੇ ਹਵਾਲੇ ਕਰਕੇ ਐਲੀਤਤ ਆਪਣੀ ਨਵੀਂ ਬੌਟੀ ਟਾਈਗਰਾਨਾ ਨੂੰ ਲੈ ਕੇ ਵਿਦਾ ਹੋ ਗਿਆ ਭਾਗ 10ਵਾਂ ਟਾਈਗਰਾਨਾ ਦੇ ਜੀਵਨ 'ਚ ਬਹੁਤ ਵੱਡਾ ਪਰਿਵਰਤਨ ਆ ਗਿਆ। ਉਹ ਪਿੰਜਰੇ 'ਪਈ ਲੂੰਬੜੀ ਵਾਂਗ ਚੁੱਪ ਤੇ ਉਦਾਸ ਰਹਿਣ ਲੱਗ ਪਈ। ਇਹ ਰੈਂਕ ਨਾਟਵਿਚ ਹਰ ਵੇਲੇ ਹੱਸਣ ਖੇਡਣ ਵਾਲੀ ਟਾਈਗਰਾਨਾ ਐਲੀਤਾ ਤੇ ਘਾਰਾ ਕੇ ਬਿਲਕੁਲ ਹੀ ਗੂੰਗੀ ਹੋ ਗਈ। ਬੂਟ ਦੇ ਤਲੇ ਵਾਸਤੇ ਸੀਲ ਖੱਲ ਦਾ ਇੱਕ ਟੁਕੜਾ ਕੱਟ ਕੇ ਬੜੀ ਲਾਪਰਵਾਹੀ ਨਾਲ ਉਹਨੂੰ ਮੋੜਨ ਲੱਗ ਪਈ। ਆਪਣੇ ਘਰ ਇਸ ਕੰਮ ਨੂੰ ਉਹ ਬੜੇ ਚਾਣ ਨਾਲ ਕਰਿਆ ਕਰਦੀ ਸੀ। ਬੜੀਆਂ ਰੀਜਾਂ ਨਾਲ ਰੰਗਦਾਰ ਧਾਗਿਆਂ ਨਾਲ ਬੂਟਾਂ ਦੀਆਂ ਨੋਕਾਂ 'ਤੇ ਵੇਲ ਬੂਟੇ ਪਾਉਂਦੀ ਹੁੰਦੀ ਸੀ ਤੇ ਲੰਬੇ ਸਿਆਲਾਂ ਚੋਂ ਭਾਵੇਂ ਗਿਣਤੀ ਦੇ ਕੁਝ ਜੋੜੇ ਬਣਾਉਂਦੇ ਪਰ ਹਰੇਕ ਜੋੜਾ ਬਣਾਉਣ ਚ ਉਹਨੂੰ ਬੜਾ ਹੀ ਆਨੰਦ ਮਹਿਸੂਸ ਹੁੰਦਾ। ਉਹ ਸਿਰਫ ਬੂਟਾਂ ਦੇ ਤਿੰਨ ਜੋੜੇ ਤਿਆਰ ਕਰਦੀ। ਇੱਕ ਆਪਣੇ ਵਾਸਤੇ, ਇੱਕ ਆਪਣੇ ਬਾਪ ਵਾਸਤੇ ਤੇ ਇੱਕ ਐਈ ਵਾਸਤੇ। ਉਹਦੇ ਸੁਚੱਜੇ ਹੁਨਰ ਦੀਆਂ ਗੱਲਾਂ ਘਰ ਘਰ ਹੁੰਦੀਆਂ। ਇਥੇ ਅਲੀ ਤੱਤ ਦੇ ਘਰ ਉਹਨੂੰ ਆ ਜੜੀਆਂ ਵਾਸਤੇ ਸਮੂਰ ਦੇ ਸਾਦੇ ਬੂਟ ਬਣਾਉਣੇ ਪੈਂਦੇ। 20 ਜੋੜੇ ਤਾਂ ਬਣਾਈ ਚੁੱਕੀ ਸੀ ਪਰ ਮੁੱਕਣ ਚ ਹੀ ਨਹੀਂ ਆਉਂਦੇ ਸੀ। ਕੰਮ ਕਰਦੀ ਕਰਦੀ ਉਹ ਅੱਕ ਜਾਂਦੀ ਐਲੀਤਾ ਤੋ ਨੂੰ ਹਰ ਵੇਲੇ ਕਿਸੇ ਨਾ ਕਿਸੇ ਕੰਮ ਲਈ ਰੱਖਦਾ ਜਦ ਬਹੁਤ ਸਾਰੇ ਬੂਟ ਤਿਆਰ ਹੋ ਜਾਂਦੇ ਤਾਂ ਉਹਨਾਂ ਨੂੰ ਹੋਰ ਚੀਜ਼ਾਂ ਨਾਲ ਲੱਦ ਕੇ ਰੈਂਡੀਅਰ ਖਲ ਲੋਕਾਂ ਕੋਲ ਵੇਚਣ ਵਾਸਤੇ ਟੁੰਡਰਾਵਲ ਤੁਰ ਜਾਂਦਾ ਇੱਕ ਦਿਨ ਨਾਰਜੀ ਨੇ ਆਪਣੇ ਕਮਰੇ ਚ ਬਾਹਰ ਆ ਗਈ ਉਸ ਕੋਲ ਬਹਿ ਗਈ ਤੇ ਮਾਵਾ ਵਰਗੇ ਪਿਆਰ ਨਾਲ ਉਸ ਨਾਲ ਗੱਲਾਂ ਕਰਨ ਲੱਗੀ ਬੱਚੀਏ ਤੂੰ ਅਜੇ ਵੀ ਕੰਮ ਕਰੀ ਜਾਣੀ ਐ ਐਲੀਤਾ ਦਾਖਾ ਐਲੀਤਾ ਤਾਂ ਇੰਨਾ ਲਾਲਚੀ ਹੈ ਕਿ ਤੂੰ ਜੇਕਰ ਦੋ ਜੋੜੇ ਵੀ ਹਰ ਰੋਜ਼ ਤਿਆਰ ਕਰਦੇਵੇਂ ਉਹ ਫਿਰ ਵੀ ਖੁਸ਼ ਨਹੀਂ ਹੋਏਗਾ ਅਸੀਮ ਟੁੰਡਰਾ ਵਿੱਚ ਤਾਂ ਬੇਸ਼ੁਮਾਰ ਲੋਕ ਵਸਦੇ ਨੇ ਉਹ ਖਾਣਾ ਬਦੋਸ਼ ਲੋਕਾਂ ਨੂੰ ਬੂਟ ਦੇਣ ਦਾ ਜਿੰਮਾ ਕਿ ਉਹ ਚੁੱਕੀ ਫਿਰਦਾ ਨਾਰਜੀਨਟ ਟਾਈਗਰਾਨਾ ਨੇ ਪੁੱਛਿਆ ਉਹਨਾਂ ਕੋਲ ਸੀਲ ਖੱਲਾ ਨਹੀਂ ਹੁੰਦੀ ਐ ਆ ਜੜੀਆਂ ਨੂੰ ਕਿਉਂਕਿ ਹਰ ਵੇਲੇ ਭਜਣਾ ਪੈਂਦਾ ਇਸ ਲਈ ਉਹਨਾਂ ਨੂੰ ਬੂਟਾਂ ਦੀ ਲੋੜ ਹਮੇਸ਼ਾ ਰਹਿੰਦੀ ਐ ਅਸੀਂ ਵੀ ਖਾਣਾ ਬਦੋਸ਼ਾਂ ਵਾਸਤੇ ਬੂਟ ਬਣਾਉਂਦੇ ਆ ਪਰ ਉਹ ਤਾਂ ਸਾਡੇ ਰਿਸ਼ਤੇਦਾਰ ਸਨ ਕੀ alli ਤਾਂ ਦੇ ਨੇ ਰਿਸ਼ਤੇਦਾਰ ਨੇ ਨਹੀਂ ਉਹ ਬੂਟਾਂ ਬਦਲੇ ਉਹਨਾਂ ਤੋਂ ਚਿੱਟੀ ਲੂੰਬੜੀ ਦੀਆਂ ਖੱਲਾ ਲੈ ਕੇ ਆਉਂਦਾ ਬਸਤੀ ਦੀਆਂ ਸਾਰੀਆਂ ਧੀਵੇਂ ਉਸ ਖਤਰ ਬੂਟ ਬਣਾਉਂਦੀਆਂ ਨੇ ਪਰ ਫਿਰ ਉਹਦਾ ਪੂਰਾ ਨਹੀਂ ਪਟਦਾ ਬੂਟ ਸਿਉਣ ਦਾ ਕੰਮ ਇੱਕ ਪਾਸੇ ਰੱਖ ਕੇ ਟੈਗਰਾਂ ਨਾਲ ਨਾਜ਼ੀ ਨੱਚਦੀਆਂ ਗੱਲਾਂ ਸੁਣਨ ਲੱਗ ਪਈ ਪਹਿਲਾਂ ਫੇਲ ਉਹਨੂੰ ਇਸ ਬਢੇਰੀ ਉਮਰ ਦੀ ਇਸਤਰੀ ਨਾਲ ਘਿਰਨਾ ਹੋ ਗਈ ਸੀ ਉਹਨੂੰ ਨਹੀਂ ਸੀ ਪਤਾ ਉਹ ਇੰਨੇ ਨਿੱਗ ਤੇ ਪਿਆਰ ਨਾਲ ਵੀ ਬੋਲ ਸਕਦੀ ਹੈ ਕੀਤਨੂ ਵੀ ਸਿਉਣ ਦਾ ਬਹੁਤ ਕੰਮ ਕਰਨਾ ਪੈਂਦਾ ਨਰਜੀ ਨਟ ਤੇਰੇ ਹੱਥ ਵਿੱਚ ਢਿਟੇ ਪਏ ਨੇ ਨਹੀਂ ਮੈਂ ਬਹੁਤ ਤੇ ਬੂਟ ਨਹੀਂ ਬਣਾਏ ਕਿਉਂਕਿ ਪਹਿਲਾਂ ਅਸੀਂ ਆਮ ਲੋਕਾਂ ਵਾਂਗ ਹੀ ਰਹਾ ਕਰਦੇ ਸੀ ਮੇਰੇ ਤਿੰਨ ਬੱਚੇ ਸੀ ਮੈਂ ਬਹੁਤ ਖੁਸ਼ ਸੀ ਫਿਰ ਮੇਰਾ ਸਭ ਕੁਝ ਲੁੱਟਿਆ ਗਿਆ ਅਲੀਤਤ ਸਖਤ ਬਿਮਾਰ ਹੋ ਗਿਆ ਕਰੋਗ ਨੇ ਕਿਹਾ ਕਿ ਵੱਡਾ ਮੁੰਡਾ ਬਿਮਾਰੀ ਆਪਣੇ ਸਿਰ ਤੇ ਲੈ ਕੇ ਅਲੀਤਤ ਨੂੰ ਬਚਾ ਸਕਦਾ ਹੈ ਅਲੀਤਤ ਨੇ ਮੁੰਡੇ ਨੂੰ ਗਲ ਘੁੱਟ ਕੇ ਮਾਰ ਦਿੱਤਾ ਤੇ ਆਪ ਰਾਜ਼ੀ ਹੋ ਗਿਆ ਵੱਡੀ ਧੀ ਵੀ ਇਸੇ ਤਰ੍ਹਾਂ ਮਾਰ ਦਿੱਤੀ ਗਈ ਮੇਰਾ ਦਿਲ ਟੁੱਟ ਗਿਆ ਇਉਂ ਜਿਵੇਂ ਜੱਬਤਾ ਜਿਵੇਂ ਮਰੀ ਮੇਰੀ ਛਾਤੀ ਚ ਦਿਲ ਹੀ ਨਹੀਂ ਹੁੰਦਾ ਥੋੜੇ ਚਿਰ ਪਿਛੋਂ ਉਹਨੇ ਨੀਵੀਂ ਆਵਾਜ਼ ਚ ਆਖਿਆ ਇਹ ਜ਼ਰੂਰ ਕਿਦਰੇ ਟੁੱਟ ਕੇ ਡਿੱਗ ਪਿਆ ਹੋਣਾ ਦੋਵੇਂ ਇਸਤਰੀਆਂ ਬੜੀ ਦੇਰ ਤੱਕ ਚਿਪਚਾਪ ਬੈਠੀਆਂ ਰਹੀਆਂ ਐਲੀ ਤੇਤਨੇ ਜਦ ਮਿਰਕਣੀਏ ਦੀ ਦੋਸਤੀ ਗੰਢ ਲਈ ਨਾਰਸੀ ਨਟ ਫੇਰ ਬੋਲਣ ਲੱਗੀ ਉਹ ਬਿਲਕੁਲ ਹੀ ਪਟਿਆ ਗਿਆ ਉਹਨੇ ਆਪਣੇ ਮਨ ਦੀ ਸ਼ਾਂਤੀ ਕਵਾ ਲਈ ਪਰ ਘਰ ਉਹ ਬਹੁਤ ਘਟ ਠਹਿਰਦਾ ਹਰ ਵੇਲੇ ਕਿਸੇ ਨਾ ਕਿਸੇ ਪਾਸੇ ਤੁਰਿਆ ਰਹਿੰਦਾ ਨਿੱਤ ਨਵੇਂ ਕੁੱਤੇ ਖਰੀਦ ਲਿਆ ਹੁੰਦਾ ਕਦੇ ਇੱਕ ਟੀਮ ਜੋੜ ਕੇ ਤੁਰ ਪੈਂਦਾ ਕਦੇ ਦੂਜੀ ਹੁਣ ਉਹ ਦੁਨੀਆ ਭਰ ਦੀਆਂ ਚਿੰਤਾਵਾਂ ਆਪਣੇ ਗਲ ਪਾਈ ਫਿਰਦੇ ਬੋਟੀਆਂ ਵੀ ਹੁਣ ਉਹਨੂੰ ਬੱਚੇ ਜੰਮਣ ਲਈ ਨਹੀਂ ਚਾਹੀਦੀਆਂ ਉਹਦੀਆਂ ਗੱਲਾਂ ਸੁਣ ਕੇ ਟਾਈਗਰਾਨਾ ਹੋਰ ਉਦਾਸ ਹੋ ਗਈ ਤੇ ਰੋਣ ਹਾਕੀ ਆਵਾਜ਼ 'ਚ ਬੋਲੀ ਮੈਂ ਬਚਪਨ ਤੋਂ ਹੀ ਐਂ ਨਾਲ ਮੰਗੀ ਹੋਈ ਸੀ ਨਾਜੀ ਨੇ ਟ ਉਸ ਬਾਰੇ ਸੋਚ ਕੇ ਹੁਣ ਮੈਨੂੰ ਬੜਾ ਦੁੱਖ ਉਸ ਬਾਰੇ ਸੋਚ ਕੇ ਹੁਣ ਮਨ ਬੜਾ ਦੁਖੀ ਹੁੰਦਾ ਹੈ ਮੈਂ ਇੱਥੇ ਨਹੀਂ ਆਉਣਾ ਚਾਹੁੰਦੀ ਸੀ ਤੂੰ ਮੇਰੇ ਨਾਲ ਨਾਰਾਜ਼ ਨਾ ਹੋਈ ਮੈਂ ਸਭ ਜਾਣਦੀ ਆਂ ਟਾਈਗਰਾਨਾ ਤੇਰੇ ਆਉਣ ਨਾਲ ਤਾਂ ਮੈਂ ਸਭ ਕੁ ਚੰਗਾ ਚੰਗਾ ਮਹਿਸੂਸ ਕਰਨ ਲੱਗ ਪਈ ਆਂ ਫਿਰ ਤੂੰ ਤਾਂ ਮੇਰੀ ਭੈਣ ਐ ਤੇਰੇ ਨਾਲ ਮੇਰਾ ਜੀਵਨ ਸੌਖਾ ਕੱਟ ਜਾਏਗਾ ਉਹ ਟਾਈਗਰਾਲਾ ਟਾਈਗਰਾਨਾ ਕੋਲੋਂ ਸੀ ਆਉਣ ਦਾ ਕੰਮ ਫੜ ਕੇ ਬੋਲੀ ਜਾ ਟਾਈਗਰਾਨਾ ਤੂੰ ਫਿਰ ਤੋੜਾ ਤੇਰਾ ਕੰਮ ਮੈਂ ਕਰਦੀ ਆਂ ਬੁੱਢਾ ਕੋ ਰੌਗ ਵੀ ਕਦੇ-ਕਦੇ ਤੰਬੂ ਤੋਂ ਬਾਹਰ ਚੱਲ ਗਿਆ ਹੀ ਜਾਂਦਾ ਜਾਂ ਵਾਮਚੂ ਕੋਲ ਹੋਇਆ ਉੱਥੇ ਨੌਜਵਾਨ ਮੁੰਡੇ ਕੁੜੀਆਂ ਦਾ ਮਨ ਪਰਚ ਜਾਂਦਾ ਮਰ ਖਿਆਲ ਰખી ਤੈਨੂੰ ਕਿਦਰੇ ਕੋ ਰੌਗ ਨਾ ਦੇਖ ਲਵੇ ਵਮਚ ਨੂੰ ਉਹ ਚੰਗਾ ਨਹੀਂ ਸਮਝਦਾ ਮੇਰਾ ਸ਼ਿਕਾਰ ਖੇਡਣ ਨੂੰ ਬੜਾ ਜੀ ਕਰਦਾ ਐ ਨਰਜੀਨਤ ਮੈਨੂੰ ਪਰਫੀਲੇ ਮੈਦਾਨ ਤੇ ਖੁੱਲੀਆਂ ਥਾਵਾਂ ਚੰਗੀਆਂ ਲੱਗਦੀਆਂ ਨਹੀਂ ਮੈਂ ਨਾ ਚੀਜ਼ਾਂ ਨੂੰ ਪਿਆਰ ਕਰਦੀ ਆ ਇਹਨਾਂ ਚ ਰਹਿਣਾ ਗਿੱਜੀ ਹੋਈਆਂ ਕੈਲੀ ਤੱਤ ਜਦ ਘਰ ਆਊਗਾ ਮੈਨੂੰ ਆਖੂਗੀ ਸੁਣ ਕੇ ਬਹੁਤ ਖੁਸ਼ ਹੋਊਗਾ ਉਹਨੇ ਬੜੇ ਇੱਛੇ ਨਾਲ ਤੋਂ ਸ਼ਿਕਾਰ ਖੇਡਣਾ ਛੱਡਿਆ ਹੋਇਆ ਪਰ ਖੱਲਾਂ ਦੀ ਤਾਂ ਉਹਨੂੰ ਹਰ ਵੇਲੇ ਲੋੜ ਰਹਿੰਦੀ ਐ ਤਮਾਂ ਤੋਂ ਇੱਕ ਤੰਬੂ ਹੋਰ ਬਣਾ ਰਿਹਾ ਸੁਣਿਆ ਅਲੀ ਤੱਤ ਨੇ ਤੀਜੀ ਵਾਟੀ ਲਿਆਉਣ ਦਾ ਮਨ ਬਣਾਇਆ ਹੋਇਆ ਟਾਈਗਰਾਨਾ ਦੀਆਂ ਅੱਖਾਂ ਵਿੱਚ ਉਹਦੀਆਂ ਗੱਲਾਂ ਸੁਣ ਕੇ ਹੈਰਾਨੀ ਦੀ ਝਲਕ ਦੇਖ ਕੇ ਬੋਲੀ ਪਰਵਾਹ ਨਾ ਕਰ ਟਾਈਗਰਾਨਾ ਸਾਨੂੰ ਸਭ ਹੋਰ ਸ਼ੌਕ ਹੋ ਜਾਏਗੀ ਦੇਖਦਾ ਸਹੀ ਅਲੀ ਤੱਤ ਨੇ ਕਿੰਨੇ ਕੰਮ ਵਿਢ ਰੱਖੇ ਨੇ ਬੜੀ ਤੇਜ਼ ਹਵਾ ਚੱਲ ਰਹੀ ਸੀ ਅਲੀ ਤੱਤ ਛੇਤੀ ਛੇਤੀ ਘਰ ਪਹੁੰਚਣਾ ਚਾਹੁੰਦਾ ਸੀ ਅਣਗਿਣਤ ਛੋਟੇ ਛੋਟੇ ਸਫ਼ਰ ਕਰਦਾ ਹੋਇਆ ਉਹ ਅਕਸਰ ਰਾਤ ਵੇਲੇ ਆਪਣੇ ਵਿਆਹ ਮਿੱਤਰਾਂ ਕੋਲ ਠਹਿਰ ਜਾਂਦਾ ਸਾਗਰੀ ਤੱਟ ਦੇ ਸ਼ਿਕਾਰੀਆਂ 'ਚ ਅਸਥਾਈ ਤੌਰ ਤੇ ਆਪਣੀਆਂ ਪਤਨੀਆਂ ਵਟਾ ਲੈਣ ਦਾ ਬਹੁਤ ਪੁਰਾਣਾ ਰਿਵਾਜ ਪ੍ਰਚਲਿਤ ਸੀ ਹਰ ਚੁਕਚੀ ਖਾਨਦਾਨ ਦਾ ਸਰਦਾਰ ਅਕਸਰ ਇਹ ਆਖਦਾ ਸੁਣਿਆ ਜਾਂਦਾ ਇਹ ਮੇਰਾ ਪੁੱਤਰ ਹੈ ਉਹ ਦੂਜੇ ਮੇਰੇ ਵਿਆਹ ਮਿੱਤਰ ਦਾ ਜਿਨ੍ਹਾਂ ਦੋ ਖਾਨਦਾਨਾਂ 'ਚ ਵਿਆਹ ਮਿੱਤਰਤਾ ਦਾ ਰਿਸ਼ਤਾ ਹੁੰਦਾ ਉਹ ਇੱਕ ਦੂਜੇ ਦੀ ਪਰਸਪਰ ਸਹਾਇਤਾ ਵੀ ਕਰਦੇ ਸਨ ਤੇ ਜੇਕਰ ਕੋਈ ਮਿੱਤਰ ਮਰ ਜਾਂਦਾ ਉਹਦੇ ਪਰਿਵਾਰ ਦੀ ਦੇਖਭਾਲ ਉਹਦਾ ਵਿਆਹ ਮਿੱਤਰ ਕਰਦਾ ਸੀ ਇਸ ਵਿਟਾਂਦਰਾ ਵਿਆਹ 'ਚ ਮਿੱਤਰ ਬਣਨ ਵਾਲੇ ਆਦਮੀ ਆਪਣੇ ਆਪ ਨੂੰ ਵਿਆਹ ਮਿੱਤਰ ਰਖਾਉਂਦੇ ਸਨ। ਇਸ ਪੁਰਾਣੀ ਰਿਵਾਜ ਦਾ ਸਭ ਤੋਂ ਵੱਧ ਲਾਭ ਐਲੀ ਤੱਤ ਨੇ ਉਠਾਇਆ। ਅਜੇ ਵਿਆਹ ਮਿੱਤਰ ਉਹਨੇ ਲਗਭਗ ਸਭ ਬਸਤੀਆਂ ਵਿੱਚ ਬਣਾਏ ਰਿਹਾ। ਅੰਗ 11ਵਾਂ। ਇਨ ਮੈੱਕੀ ਬਸਤੀ ਦਾ ਜੀਵਨ ਪਹਿਲਾਂ ਵਾਂਗ ਹੀ ਚੱਲਦਾ ਰਿਹਾ। ਜਦ برف ਛੱਕੜ ਰੁਕ ਜਾਂਦੇ ਤਾਂ ਸ਼ਿਕਾਰੀ ਬਰਫਾਂ ਘੇਰੇ ਬਰਫ਼ੀਲੇ ਸਮੁੰਦਰ 'ਚ ਚਲੇ ਜਾਂਦੇ। ਸੀਲ ਚਮੜੇ ਦੇ ਮਿਆਨਾਂ 'ਚ ਪਈਆਂ ਰਫਲਾਂ ਨੂੰ ਆਪਣੇ ਮੋਢਿਆਂ ਨਾਲ ਲੰਕਾ ਕੇ ਹਵਾਵਾਂ ਤੇ ਸਮੁੰਦਰੀ ਦੇ ਪ੍ਰਭਾਵ ਨਾਲ برف ਵਿੱਚ ਘਰ ਬਣੀਆਂ ਪਾਣੀਆਂ ਦੀਆਂ ਪੱਟੀਆਂ ਦੀ ਭਾਲ ਚ ਨਿਕਲ ਤੁਰਦੇ। ਸ਼ਿਕਾਰੀਆਂ ਦੇ ਤੁਰਨ ਤੋਂ ਪਹਿਲਾਂ ਬਸਤੀ ਦੇ ਬਜ਼ੁਰਗ ਆਦਮੀ ਆਕਾਸ਼ ਤੇ ਪਰਛਾਵੇਂ ਦੇਖਦੇ। ਦੇਖ ਕੇ ਨਾ ਪੱਟੀਆਂ ਦੀ ਲੰਬਾਈ, ਚੁੜਾਈ ਤੇ ਥਾਂ ਟਿਕਾਣੇ ਦਾ ਅਨੁਮਾਨ ਲਗਾਉਂਦੇ। برف ਨਾਲ ਘਿਰੀਆਂ ਪਾਣੀ ਦੀਆਂ ਵੱਡੀਆਂ ਝੀਲਾਂ ਸ਼ਿਕਾਰ ਲਈ ਠੀਕ ਨਹੀਂ ਸਨ ਕਿਉਂਕਿ ਮਾਰੀ ਹੋਈ ਸੀਲ ਇਹਨਾਂ 'ਚ ਲੱਭਣੀ ਔਖੀ ਸੀ ਇਸ ਲਈ ਪਾਣੀ ਦੀਆਂ ਪੱਟੀਆਂ ਦੀ ਭਾਲ ਕੀਤੀ ਜਾਂਦੀ। ਖਾਸ ਰੰਗ ਦੀਆਂ ਖੱਲਾਂ ਦੇ ਝੁੰਬ ਮਾਰ ਕੇ ਸ਼ିକਾਰੀ ਵੱਡੇ ਵੱਡੇ ਬਰਫ ਢੇਰਾਂ ਦੇ ਪਿੱਛੇ ਕਿਨਾਰਿਆਂ ਨਾਲ ਲੱਗ ਕੇ ਬੈਠ ਜਾਂਦੇ ਤੇ ਤਮਾਕੂ ਪੀਂਦੇ ਪੀਂਦੇ ਬੜੀ ਸਾਵਧਾਨੀ ਨਾਲ ਸੀਲ ਦੀ ਉਡੀਕ ਕਰਦੇ ਰਹਿੰਦੇ ਜਦ ਕੋਈ ਸੀਲ ਲੰਬੀਆਂ ਮੁੱਛਾਂ ਵਾਲਾ ਪਾਣੀ ਮੂੰਹ ਪਾਣੀ ਵਿੱਚੋਂ ਬਾਹਰ ਕੱਢਦੀ ਤਾਂ ਇੱਕਦਮ ਗੋਲੀ ਦੀ ਆਵਾਜ਼ ਆਉਂਦੀ ਸੀਲ ਤੜਫਦੀ ਹੋਈ ਇੱਕ ਮਿੰਟ ਵਾਸਤੇ ਪਾਣੀ 'ਚ ਗਵਾਚ ਜਾਂਦੀ ਪਰ ਥੋੜੀ ਦੇਰ ਬਾਅਦ ਉਹਦੀ ਲਾਸ਼ ਪਾਣੀ ਉੱਤੇ ਆ ਜਾਂਦੀ ਸਾਰਾ ਪਾਣੀ ਉਹਦੇ ਲਹੂ ਨਾਲ ਰੰਗਿਆ ਜਾਂਦਾ ਟਾਈਗਰਾਨਾ ਇਸ ਕਮਡ ਇਨ ਮੈੱਕੀ ਬਸਤੀ ਦੇ ਹਰ ਆਦਮੀ ਦੀ ਮੁਕਾਬਲਾ ਦਾ ਮੁਕਾਬਲਾ ਕਰਦੀ ਐਲੀ ਤਦ ਦੇ ਘਰ ਅੰਦਰ ਉਦਾਸ ਚੁੱਪਚਾਪ ਬੈਠੀ ਰਹਿਣ ਨਾਲ ਬਰਫ਼ ਦੇ ਮੈਦਾਨਾਂ 'ਚ ਸੀਲ ਦਾ ਸ਼ਿਕਾਰ ਕਰਨ ਨੂੰ ਸਦਈ ਮਨਪਸੰਦ ਮਨ ਪਰਛਾਵਾਂ ਸਮਝਦੀ ਸ਼ਿਕਾਰੀ ਲਗਾਤਾਰ 3 ਦਿਨ ਖਾਲੀ ਹੱਥ ਘਰ ਮੁੜਦੇ ਰਹੇ ਚੌਥੇ ਦਿਨ ਟੱਟ ਵੱਲੋਂ ਸਮੁੰਦਰ ਵੱਲ ਤੇਜ਼ ਹਵਾ ਵਗ ਪਈ ਹੁਣ ਬਰਫ਼ ਮੈਦਾਨਾਂ 'ਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ ਟਾਈਗਰਾਨਾਂ ਤੇ ਹੋਰ ਸਾਰੇ ਸ਼ਿਕਾਰੀ ਕਾਲੀ ਕਾਲੀ ਘਰ ਮੁੜਾਏ ਪਰ ਵામਚੂ ਨਾ ਆਇਆ ਉਦੇ ਨਾਂ ਆਉਣ ਕਾਰਨ ਸਾਰੀ ਬਸਤੀ ਨੂੰ ਚਿੰਤਾ ਹੋ ਗਈ। ਇੱਕ দানਵੀ ਰੂਹ ਟੱਟ ਉੱਤੇ ਉਤਰੀ ਹੋਈ ਹੈ। ਬਹੁਤ ਵੱਡੀ ਭੇਟਾ ਮੰਗਦੀ ਹੈ। ਕੋ ਰੌਗ ਨੇ ਐਲਾਨ ਕੀਤਾ। ਟਾਈਗਰਾਨਾ ਨੇ ਸੋਚਿਆ ਐਲੀ ਤਾ ਤੁੰਡਰਾ ਚਮਰ ਰੈਂਡੀਅਰ ਪਾਲ ਇੱਚੇ ਵੱਤੋਂ ਨੂੰ ਮਿਲਣ ਗਿਆ ਹੋਇਆ। ਉਹ ਜ਼ਰੂਰ ਮੁੜ ਆਏਗਾ। ਪਰ ਵਾਮਚੂ ਬਰਫ਼ ਮੈਦਾਨਾਂ 'ਚ ਚੰਗੇ ਸ਼ਿਕਾਰ ਦੀ ਤਲਾਸ਼ 'ਚ ਆਪਣੇ ਚਾਰ ਕੁੱਤਿਆਂ ਨਾਲ ਦੂਰ ਨਿਕਲ ਗਿਆ। ਕਿੰਨਾ ਚੰਗਾ ਹੁੰਦਾ ਜੇਕਰ ਵਾਮਚੂ ਟੁੰਡਰਾ ਵੱਲ ਗਿਆ ਹੁੰਦਾ। ਐਲੀ ਤਤਵਾਮਚੂ ਦੀ ਥਾਂ ਉਹਨੇ ਦੇਖਿਆ ਸ਼ਾਮਾ ਪ੍ਰੋਹਤ ਉਹਨੂੰ ਘੂਰ ਰਿਆ ਸੀ ਉਹਨੂੰ ਜਾਪਿਆ ਜਿਵੇਂ ਬੁੱਢੇ ਨੇ ਉਹਦੇ ਦਿਲ ਦੀ ਗੱਲ ਬੁੱਝ ਲਈ ਹੋਵੇ ਡਰ ਦੇ ਭਿਆਨਕ ਅਹਿਸਾਸ ਨਾਲ ਉਹ ਕੰਬ ਗਈ ਤੇ ਉੱਠ ਕੇ ਅੰਦਰ ਚਲੀ ਗਈ ਪਰ ਵਾਮਚੂ ਨੂੰ ਉਹ ਆਪਣੇ ਦਿਲ ਤੋਂ ਨਾ ਕੱਢ ਸਕੇ ਚੰਗੇ ਬੰਦੇ ਨਾਲ ਹਰ ਕਿਸੇ ਨੂੰ ਹਮਦਰਦੀ ਹੋ ਜਾਂਦੀ ਹੈ ਉਹਨੇ ਬਰਫੋਲੇ ਬੈਠੇ ਵਾਮਚੂ ਦੀ ਹਾਲਤ ਬਾਰੇ ਕਲਪਨਾ ਕੀਤੀ ਤੇ ਉਹਦੀ ਚੀਕ ਨਿਕਲ ਗਈ ਹਾਏ ਮੈਂ ਕਿੱਧਰ ਨੂੰ ਜਾਵਾਂ ਟਾਇਗਰਾਨਾ ਨੇ ਆਪਣੇ ਆਪ ਤੋਂ ਪੁੱਛਿਆ ਸ਼ੂਕ ਦੇ برف ਝੱਖੜ 'ਚ ਹੱਥ ਮਾਰਿਆਂ ਦਿਖਾਈ ਨਹੀਂ ਸੀ ਦਿੰਦਾ। ਸਮੁੰਦਰ ਵੱਲੋਂ برف ਢੇਰਾਂ ਦੇ ਟੁੱਟਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਨੂੰ ਵਾਲ ਕੋਲ ਜਾਣਾ ਚਾਹੀਦਾ ਹੈ। ਆਖਰਕਾਰ ਟੈਗਰਾਂ ਨੇ ਫੈਸਲਾ ਕੀਤਾ। ਵਾਲ ਦੇ ਤੰਬੂ ਚੱਟ ਸ਼ਿਕਾਰੀ ਉਸ ਦੁਆਲੇ ਘੇਰਾ ਬੰਨੀ ਬੈਠੇ ਸਨ। ਤੰਬੂ 'ਚ ਦੁੱਖ ਭਰੀ ਖਮੋਸ਼ੀ ਛਾਈ ਸੀ। ਚੁੱਲ੍ਹੇ ਦੇ ਧੂੰਏਂ ਦੀ ਕਿਸੇ ਨੂੰ ਚਿੰਤਾ ਨਹੀਂ ਸੀ। ਹਰ ਕੋਈ ਜਾਣਦਾ ਸੀ ਕਿ ਤੁਰਦਾ ਹੋਇਆ برف ਟੁਕੜਾ ਵਾਮ ਚੂ ਨੂੰ ਸਮੁੰਦਰ 'ਚ ਲੈ ਗਿਆ ਸੀ। ਟੈਗਰਾਨਾ ਨੇ ਚੁੱਲ੍ਹੇ ਦੀ ਕਾਇਨੂ ਛੋਟੀ ਨਾਲ ਹਿਲਾ ਕੇ ਠੀਕ ਕੀਤਾ। ਵਾਮਚੂ ਬਾਰੇ ਉਹਨੇ ਕੋਈ ਗੱਲ ਨਾ ਪੁੱਛੀ ਤੇ ਚੁੱਪਚਾਪ ਇੱਕ ਪਾਸੇ ਬੈਠ ਗਈ। ਵਾਲ ਨੀਵੀਂ ਪਾਈ ਬੈਠਾ ਸੀ। ਉਹਦੀਆਂ ਅੱਖਾਂ 'ਚ ਤ੍ਰਿਪ ਤ੍ਰਿਪ ਹੰਝੂ ਕਿਰ ਰਹੇ ਸਨ। ਹੰਝੂਆਂ ਵੱਲੋਂ ਹੱਥ ਕਰਕੇ ਉਹਨੇ ਹੌਲੀ ਜਿਹੀ ਆਖਿਆ, ਮੈਂ ਇਹ ਹੰਝੂ ਕਦੇ ਨਹੀਂ ਦੇਖੇ। ਪਰ ਬੁੱਢਾ ਹੋ ਜਾਣ ਕਾਰਨ ਮੈਂ ਇਹਨਾਂ ਨੂੰ ਰੋਕ ਨਹੀਂ ਸਕਦਾ। ਵਾਮਚੂ ਦੇ ਹੋਰ ਕੱਪੜੇ ਕਿੱਥੇ ਨੇ? ਟੈਗਰਾਨਾ ਨੇ ਬੜੀ ਨਰਮੀ ਨਾਲ ਪੁੱਛਿਆ। ਉਹ ਬੂਹੇ ਕੋਲ ਬੁੱਢੇ ਨੇ ਉੱਤਰ ਦਿੱਤਾ। शिकारी वामचू ਦੇ ਕੱਪੜਿਆਂ ਨਾਲ ਇੱਕ ਪੁੱਤਲਾ ਡੰਮੀ ਬਣਾਉਣ ਲੱਗ ਪਏ ਘਰ ਦੀਆਂ ਵੱਧੂ ਚੀਜ਼ਾਂ ਉਹਨਾਂ ਨੇ ਵਾਮਚੂ ਦੇ ਕਮੀਜ਼ ਪਜਾਮੇ ਤੇ ਬੂਟਾਂ ਚ ਤੁੰਣਣੀਆਂ ਸ਼ੁਰੂ ਕਰ ਦਿੱਤੀਆਂ ਇਸ ਤਰ੍ਹਾਂ ਵਾਮਚੂ ਦੇ ਕੱਪੜਿਆਂ ਨਾਲ ਆਦਮੀ ਦਾ ਇੱਕ ਪੁੱਤਲਾ ਤਿਆਰ ਹੋ ਗਿਆ ਘਰ ਦੇ ਸਮਾਨ ਚੋਂ ਬੁੱਢੇ ਕੋਲ ਕੇਵਲ ਛੋਟੀਆਂ-ਛੋਟੀਆਂ ਕੁਝ ਖੱਲਾਂ ਹੀ ਬਚੀਆਂ ਸਨ ਬਾਕੀ ਸਾਰੀਆਂ ਚੀਜ਼ਾਂ ਪੁੱਤਲੇ 'ਚ ਭਰੀਆਂ ਜਾ ਚੁੱਕੀਆਂ ਸਨ ਇਹਨੂੰ ਤੁਸੀਂ ਚੰਗੀ ਤਰ੍ਹਾਂ ਨਹੀਂ ਭਰਿਆ ਜਾਪਦਾ ਬੁੱਢੇ ਨੇ ਆਖਿਆ ਇਹ ਖੱਲਾਂ ਵੀ ਲੈ ਲੋ ਮੈਨੂੰ ਇਹਨਾਂ ਦੀ ਲੋੜ ਨਹੀਂ ਕਿਉਂਕਿ ਹੁਣ ਮੈਂ ਸੌ ਨਹੀਂ ਸਕਾਂਗਾ ਬੜੇ ਧਿਆਨ ਨਾਲ ਪੁਤਲੇ ਨੂੰ ਛੋਟੇ ਬੂਏ ਵਿੱਚੋਂ ਬਾਹਰ ਕੱਢਿਆ ਗਿਆ ਧੰਨਵਾਦ